ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਸਮੂਹ ਸਾਧ ਸੰਗਤ, ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਨਾਲ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲਿਓ ਆਵਾਜ਼ ਆ ਰਹੀ ਹੈ ਵੀ ਟਾਈਮ ਥੋੜ੍ਹਾ ਹੋਰ ਵਧਾਓ, ਤੁਸੀਂ ਹੁਣ ਚਿੰਤਾ ਨਹੀਂ ਕਰਨੀ, ਮਾਈਕ ਮੇਰੇ ਕੋਲ ਆ, ਮੈਂ ਆਪੇ ਵਧਾ ਲਿਆ। ਸੋ ਮੈਂ ਕੋਸ਼ਿਸ਼ ਕਰਾਂਗਾ 40 ਮਿੰਟ ਦੇ ਵਿੱਚ ਆਪਣੀ ਗੱਲ ਕਹਿਣ ਦੀ। ਜੋ ਅੱਜ ਦਾ ਵਿਸ਼ਾ ਹੈ, ਜੋ ਮੈਨੂੰ ਸਿੱਖ ਕੌਂਸਲ ਅਮੈਰੀਕਾ ਨੇ ਤੁਹਾਡੇ ਰੂਬਰੂ ਹੋਣ ਵਾਸਤੇ ਦਿੱਤਾ ਹੈ, ਉਹ ਹੈ ਵੁਮੈਨ ਇੰਪਾਵਰਮੈਂਟ ਅਤੇ ਯੂਥ ਇੰਪਾਵਰਮੈਂਟ ਤੋਂ ਮੈਂ ਥੋੜ੍ਹਾ ਜਿਹਾ ਟੱਚ ਕਰਾਂਗਾ ਜੇ ਸਮਾਂ ਹੋਇਆ। ਪਰ ਆਪਾਂ ਵੁਮੈਨ ਇੰਪਾਵਰਮੈਂਟ ਦੀ ਗੱਲ ਕਰਨਾ, ਔਰਤ ਦਾ ਸਸ਼ਕਤੀਕਰਨ। ਇੰਪਾਵਰਮੈਂਟ ਪੰਜਾਬੀ 'ਚ ਇਹਨੂੰ ਕਹਿੰਦੇ ਨੇ ਸਸ਼ਕਤੀਕਰਨ, ਸਸ਼ਕਤ ਕਰਨਾ। ਸੋ ਮੇਰੀ, ਕਿਉਂਕਿ ਮੇਰੇ ਹੱਥ 'ਚ ਕੰਟਰੋਲ ਨਹੀਂ, ਮੈਨੂੰ ਇਸ਼ਾਰਾ ਪਿੱਛੇ ਵੀ ਕਰਨਾ ਪੈਣਾ ਹੈ। ਸੋ ਉਹਨਾਂ ਨੂੰ ਮੈਂ ਵੀਰ ਨੂੰ ਕਹਿਣਾ ਚਾਹੁੰਦਾ ਵੀ ਅਗਲੀ ਸਲਾਈਡ 'ਤੇ ਵੁਮੈਨ ਇੰਪਾਵਰਮੈਂਟ, ਟਰਮ ਇੰਪਾਵਰਮੈਂਟ ਬੜੀ ਬਿਊਟੀਫੁੱਲ ਹੈ। ਤੁਸੀਂ ਫੋਨ ਰੀਚਾਰਜ ਕਰਦੇ ਜੇ ਨਾ, ਰੀਚਾਰਜ ਕਦੋਂ ਹੁੰਦਾ ਵੀ ਜੇ ਉਹਦੇ 'ਚ ਚਾਰਜਰ ਮੌਜੂਦ ਹੈ, ਜੇ ਉਹਦੇ 'ਚ ਚਾਰਜ ਰੂਪੀ ਡਿਵਾਈਸ ਮੌਜੂਦ ਹੈ ਤਾਂ ਰੀਚਾਰਜ ਹੋਏਗਾ ਨਾ। ਇੰਪਾਵਰ, ਸਸ਼ਕਤ ਕਰਨਾ, ਇਹਦਾ ਮਤਲਬ ਸ਼ਕਤੀ ਮੌਜੂਦ ਹੈ। ਸਾਡਾ ਕੀ ਰੋਲ ਹੈ ਅੱਜ ਜੋ ਮੈਂ ਅੱਜ ਤੁਹਾਡੇ ਨਾਲ ਗੱਲ ਕਰਨੀ, ਸ਼ਕਤੀ ਮੌਜੂਦ ਹੈ। ਮੈਂ ਕੋਈ ਬਾਹਰੋਂ ਲਿਆ ਕੇ ਸ਼ਕਤੀ ਨਹੀਂ ਪਾਉਣੀ, ਸ਼ਕਤੀ ਮੌਜੂਦ ਹੈ। ਕੇਵਲ ਸ਼ਾਸਕ ਇੰਪਾਵਰ ਕਰਨਾ, ਮੈਂ ਕੇਵਲ ਤੁਹਾਨੂੰ ਆਈਡੈਂਟੀਫਾਈ ਕਰਾਉਣਾ ਵੀ ਉਹ ਕਿਹੜੀ ਸ਼ਕਤੀ ਹੈ। ਮੇਰੀਆਂ ਬੀਬੀਆਂ, ਬੱਚੀਆਂ, ਭੈਣਾਂ, ਸਾਹ ਰੋਕ ਕੇ ਸੁਣ, ਇਹ ਤੁਹਾਡੇ ਸੰਬੰਧ ਵਿੱਚ ਬਹੁਤੀ ਗੱਲ ਹੈ। ਅਤੇ ਜ਼ਿਆਦਾ ਇੰਪਾਵਰ ਨਹੀਂ ਹੋ ਜਾਣਾ ਵੀ ਘਰ ਜਾ ਕੇ ਤਾਂ ਦੁਆਲੇ ਹੋ ਜਾਓ ਭਾਈਆਂ ਦੇ ਸਾਡਿਆਂ ਦੇ। ਸੋ ਹੁਣ ਵੁਮੈਨ ਜਿਹੜੀ ਹੈ ਆਲਰੇਡੀ ਪਾਵਰਡ ਹੈ। ਕਿੰਨੇ ਪਾਵਰਡ ਕੀਤਾ? ਜਿਹਨੇ ਕ੍ਰੀਏਟ ਕੀਤਾ। ਅਗਲਾ ਸਲਾਈਡ, ਜਦੋਂ ਤੁਸੀਂ ਵੇਖਦੇ ਜੇ ਵੀ ਇਹ ਵਾਕਈ ਇੰਪਾਵਰਡ ਹੈ, ਗੁਰਬਾਣੀ ਦੇ ਨਜ਼ਰੀਏ ਤੋਂ, ਮੇਰੀ ਭਾਸ਼ਾ ਗੁਰਬਾਣੀ ਹੈ, ਮੈਂ ਆਪਣੇ ਕੋਈ ਸ਼ੁੱਭ ਵਿਚਾਰ ਨਹੀਂ ਰੱਖਦਾ। ਅੱਗੇ ਸ਼ੁੱਭ ਵਿਚਾਰਾਂ ਨੇ ਚੱਕਰ ਪਾਏ ਨੇ ਬਹੁਤ, ਆਪੋ ਆਪਣੇ ਸ਼ੁੱਭ ਵਿਚਾਰ ਰੱਖੀ ਉਹਨੇ। ਅਸੀਂ ਸ਼ੁੱਭ ਵਿਚਾਰ ਹੈ ਸਾਡੇ ਕੋਲ ਗੁਰੂ ਸਾਹਿਬਾਨ ਦੇ, ਉਹਨਾਂ ਨੂੰ ਜੇ ਤੁਸੀਂ ਇਮਾਨਦਾਰੀ ਨਾਲ ਅੱਗੇ ਖੜ ਸਕਦੇ ਜੇ ਤਾਂ ਤੁਹਾਡੀ ਯੋਗਤਾ ਹੋਏ। ਸੋ ਗੁਰੂ ਮੇਰੇ ਦੇ ਸ਼ੁੱਭ ਵਿਚਾਰ ਜਿਹੜੇ ਨੇ ਉਹ ਕੀ ਕਹਿੰਦੇ ਨੇ? ਸਭ ਤੋਂ ਪਹਿਲਾਂ ਗੱਲ ਚੱਲਦੀ ਹੈ ਮਨੁੱਖਾ ਜੂਨੀ ਦੀ, ਮਨੁੱਖ ਜੂਨ, ਜਿਹੜਾ ਇਨਸਾਨੀ ਜੂਨ ਹੈ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਵੀ ਹੇ ਮਨੁੱਖ, ਤੂੰ ਸ਼ੇਰ ਦੇ ਗਲ ਦੇ ਵਿੱਚ ਵੀ ਸੰਗਲ ਪਾ ਕੇ ਉਹਨੂੰ ਪਿੰਜਰੇ 'ਚ ਕੈਦ ਕਰ ਸਕਦਾ। ਤੂੰ ਸ਼ੇਰ ਤੇ ਹੈ ਪਰ ਤੂੰ ਸ਼ੇਰ ਦੇ ਗਲ 'ਚ ਵੀ ਸੰਗਲ ਪਾ ਸਕਦਾ। ਮਤਲਬ ਜਿੰਨੀਆਂ ਜੂਨਾਂ ਨੇ ਧਰਤੀ 'ਤੇ, ਕਈ ਜਿਹੜੀ ਹਿੰਦੂ ਮੈਥੋਲੋਜੀ ਉਹ ਤਾਂ 84 ਲੱਖ ਕਹਿੰਦੀ ਹੈ, ਪਰ ਗੁਰੂ ਦਾ ਜਿਹੜਾ ਫਲਸਫਾ ਹੈ ਨਾ ਉਹ ਇਨਫਿਨਿਟੀ ਦਾ ਹੈ। ਗੁਰੂ ਇਨਫਿਨਿਟੀ ਦੀ ਗੱਲ ਕਰਦਾ ਹੈ। ਪਤਾਲਾ ਪਤਾਲ ਲੱਖ ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ। ਇਹ ਨਾਨਕ ਸਾਹਿਬ ਦਾ ਨਜ਼ਰੀਆ ਨਹੀਂ ਜੇ ਵੀ ਲੱਖ ਪਤਾਲ ਲੱਖ ਆਕਾਸ਼, ਇਹ ਤੇ ਵੇਦ ਕਹਿਣ ਇੱਕ ਵਾਤ, ਇਹ ਤੇ ਵੇਦਾਂ ਦਾ ਨਜ਼ਰੀਆ। ਸਹਿਸ 18 ਕਹਿਣ ਕਿਤੇਬਾਂ, ਕਿਤੇਬਾਂ ਦਾ ਨਜ਼ਰੀਆ ਕੀ ਹੈ? 18,000 ਸਹਿਸ ਮਤਲਬ ਹਜ਼ਾਰ, ਹਜ਼ਾਰ ਜਮ੍ਹਾਂ 8 18 ਸਹਿਸ 18 18,000 ਆਲਮ, ਕਿਹਦਾ ਨਜ਼ਰੀਆ ਹੈ? ਸਹਿਸ 18 ਕਹਿਣ ਕਿਤੇਬਾਂ, ਅਸਲ ਇੱਕ ਧਾਤ। ਨਾਨਕ ਸਾਹਿਬ ਦਾ ਨਜ਼ਰੀਆ ਆ ਗਿਆ ਥੱਲੇ, ਲੇਖਾ ਹੋਏ ਤਾਂ ਲਿਖੀ ਹੈ, ਜੇ ਲੇਖਾ ਹੋਏਗਾ ਤਾਂ ਲਿਖੋਗੇ ਨਾ, ਲੇਖਾ ਹੋਏ ਤਾਂ ਲਿਖੀ ਹੈ, ਲੇਖੇ ਹੋਏ ਵਿਨਾਸ਼। ਆ ਗੁਰੂ ਦਾ ਨਜ਼ਰੀਆ। ਜੇ ਐਵੇਂ ਕਿਸੇ ਵੇਲੇ ਜਪਜੀ ਦੀ ਅਸੀਂ ਕੋਟੇਸ਼ਨ ਦੇਣ ਲੱਗੇ ਹਾਂ, ਪਤਾਲਾ ਪਤਾਲ ਲੱਖ ਆਕਾਸਾਂ ਆਕਾਸ, ਨਾਨਕ ਸਾਹਿਬ ਦੇ ਮੂੰਹ 'ਚ ਪਾ ਦਿੰਦੇ। ਗੁਰੂ ਸਾਹਿਬ ਨੇ ਕੰਪੈਰੇਟਿਵ ਅਪਰੋਚ ਰੱਖੀ ਹੈ ਗੁਰਬਾਣੀ ਜਦੋਂ ਲਿਖੀ ਹੈ ਨਾ। ਆਪਣੀ ਗੱਲ ਕਰਨ ਤੋਂ ਪਹਿਲਾਂ ਹੋਰ ਮਤਾਂ ਨੂੰ
ਜਿਹੜੀਆਂ ਪ੍ਰਚਲਿਤ ਸਨ ਉਹਨਾਂ ਨੂੰ ਤੁਹਾਡੇ ਸਾਹਮਣੇ ਰੱਖਿਆ। ਗੁਰੂ ਸਾਹਿਬ ਕਹਿੰਦੇ ਵੀ ਲੇਖਾ ਹੈ ਹੀ ਨਹੀਂ, ਤੇ ਜੇ ਲੇਖਾ ਹੀ ਹੈ ਨਹੀਂ ਫਿਰ 84 ਲੱਖ ਜੂਨਾਂ ਕਿੱਥੋਂ ਆ ਗਈਆਂ ਜਿਹੜੇ ਤੁਸੀਂ ਮੰਨੀ ਜਾਂਦੇ ਜੀ 84 ਲੱਖ ਜੂਨਾਂ। ਹੁਣ ਗੁਰੂ ਦਾ ਨਜ਼ਰੀਆ ਕੀ ਹੈ, 84 ਲੱਖ ਜੌਂ ਨੇ ਪਾਈ। ਇਹ ਉੱਦਾਂ ਹੀ ਆ ਵੀ ਜਿੱਦਾਂ ਕਿਸੇ ਨੂੰ ਕਹਿ ਦਿਓ ਬੰਦਾ ਬੜਾ 30 ਮਾਰ ਕੇ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਇਹਨੇ 30 ਬੰਦੇ ਮਾਰਤੇ ਨੇ। ਇਡੀਓਮੈਟਿਕ ਲੈਂਗੁਏਜ ਹੈ, ਮਹਾਰਨੀ ਦੀ ਭਾਸ਼ਾ ਹੈ, ਲੱਖ ਖੱਖਾ ਮੁਕਤਾ ਵੀ ਕਈ 84 ਲੱਖ, ਇੱਕ ਨਹੀਂ ਹਜ਼ਾਰਾਂ 84 ਲੱਖ ਜੂਨਾਂ ਪਾਈਆਂ, 84 ਲੱਖ ਜੋ ਨੇ ਪਾਈ। ਤੇ ਕਿਹਨੂੰ ਵਡਿਆਈ ਮਿਲੀ, ਮਾਨਸ ਕੋ ਪ੍ਰਭ ਦੀ ਵਡਿਆਈ। ਅਮਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਰਦਾਰੀ, ਇਹ ਮਨੁੱਖ ਇਸ ਧਰਤੀ ਤੇ ਤੇਰੀ ਸਰਦਾਰੀ ਹੈ। ਕਦੋਂ ਬਣਦੀ ਹੈ ਸਰਦਾਰੀ, ਜਦੋਂ ਮਨੁੱਖ ਮਨੁੱਖ ਬਣ ਜਾਂਦਾ। ਮਨੁੱਖ ਦੇ ਅੰਦਰ ਵੀ ਜਾਨਵਰ ਆ, ਫੀਲ ਰਬਾਬੀ ਬਲਦ ਪਖਾ ਵਜੇ ਕੌਆ ਤਾਲ ਵਜਾਵੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਜਾਤ ਮਨੁੱਖ ਦੀ ਕਰਤੂਤ ਪਸ਼ੂ ਵਾਲੀ, ਇਹਦਾ ਮਤਲਬ ਮਨੁੱਖ ਨਹੀਂ ਬਣਿਆ। ਜੇ ਇਸ ਧਰਤੀ ਤੇ ਸਰਦਾਰੀ ਕੌਣ ਕਰਦਾ ਜਿਹੜਾ ਮਨੁੱਖ ਬਣ ਜਾਂਦਾ। ਅਮਰ ਜੋਨ ਤੇਰੀ ਪਨਹਾਰੀ, ਫਿਰ ਸਾਰੀਆਂ ਜੂਨਾਂ ਕੁੱਤੇ ਉਹਦੇ ਅੰਡਰ ਜਾ ਜਾਂਦੇ ਨੇ, ਕੰਟਰੋਲ ਜਾ ਜਾਂਦੇ ਨੇ। ਤੇ ਜਿਹੜਾ ਖੁਦ ਕੂਕਰ ਹੋਵੇ, ਜੇ ਖੁਦ ਕੁੱਤਿਆਂ ਨੂੰ ਭੌਂਕਦਾ ਹੋਵੇ, ਜਿੱਦਾਂ ਭੈਣ ਜੀ ਕਹਿੰਦੇ ਆ ਵੀ ਉਹਦੀ ਉਹਨਾਂ ਦੀ ਪੰਜਾਬੀ ਬੜੀ ਸਿੱਧੀ ਜੀ, ਮੇਰੀ ਵੀ ਸਿੱਧੀ ਹੈ। ਸੋ ਇਸ ਕਰਕੇ ਗੱਲ ਟਿਕਾਣੇ ਲੱਗਣੀ ਚਾਹੀਦੀ ਹੈ। ਮੈਂ ਤੁਹਾਨੂੰ ਪਰੇਸ਼ਾਨ ਕਰਨਾ ਆ, ਤੁਹਾਨੂੰ ਮੈਂ ਸਵਾਉਣ ਨਹੀਂ ਆਇਆ। ਬੱਲੇ ਬੱਲੇ ਸਾਧ ਸਿੰਘ ਜੀ ਤੁਸੀਂ ਪਹੁੰਚੇ ਜੇ, ਬਹੁਤ ਧੰਨਵਾਦ ਤੁਹਾਡਾ। ਆ ਹੀ ਜਾਣਾ ਸੀ ਤੁਹਾਡਾ ਰੂਟੀਨ ਬਣਿਆ ਗੁਰਦੁਆਰੇ ਦਾ, ਹਰ ਸੰਡੇ ਨੂੰ ਆਉਂਦੇ ਜੋ ਤੁਸੀਂ ਕ੍ਰਿਸਚਨ ਚਰਚ ਨੂੰ ਜਾਂਦੇ, ਅਸੀਂ ਗੁਰਦੁਆਰੇ ਨੂੰ ਆਉਂਦੇ। ਮਸਲਾ ਤਾਂ ਵਾ ਵੀ ਜੇ ਇੱਥੋਂ ਸਿੱਖ ਜੀਏ ਕੁਝ, ਫਿਰ ਤੁਸੀਂ ਭਾਗ ਵਾਲੇ ਬਣ ਸਕਦੇ ਜੀ। ਮੈਂ ਪਹਿਲਾਂ ਹੀ ਤੁਹਾਨੂੰ ਕਹੀ ਜਾਊ, ਬੱਲੇ ਬੱਲੇ ਵੱਡੇ ਵੱਡੇ ਭਾਗ, ਇਹੋ ਪ੍ਰੋਬਲਮ ਸਾਡੀ ਆਉਂਦੀ। ਇੱਥੇ ਬਹਿ ਕੇ ਸਟੇਜ 'ਤੇ ਵੱਡੇ ਭਾਗ ਬਣਾ ਦਿੰਦੇ ਇੱਕ ਸੈਕਿੰਡ ਦੇ ਵਿੱਚ, ਪਤਾ ਨਹੀਂ ਭਾਗਾਂ ਵਾਲੀ ਕਲਮ ਕੋਲ ਹੀ ਰੱਖਦੇ ਜੇਬ ਦੀ। ਅਸੀਂ ਭਾਗ ਬਣ ਸਕਦੇ ਨੇ, ਯੂ ਗੋਟ ਐਨ ਓਪਰਚੁਨਿਟੀ ਵੀ ਤੁਸੀਂ ਗੁਰੂ ਗ੍ਰੰਥ ਦੀ ਹਜ਼ੂਰੀ 'ਚ ਆ ਗਏ ਜੇ, ਤੁਹਾਡੇ ਭਾਗ ਬਣ ਸਕਦੇ ਨੇ। ਪਰ ਮੈਂ ਕੌਣ ਆ ਡਿਸੀਜਨ ਲੈਣ ਵਾਲਾ ਵੀ ਤੁਹਾਡੇ ਭਾਗ ਬੜੇ ਵੱਡੇ ਨੇ, ਉਹ ਤੁਸੀਂ ਆਪਣੇ ਆਪ 'ਚ ਵੇਖਣਾ ਵੀ ਬਣ ਗਏ ਨੇ। ਅਮਰ ਜੋਨ ਤੇਰੀ ਪਨਿਹਾਰ, ਮਨੁੱਖਾ ਜੋਨ ਦੀ ਗੱਲ ਹੋਈ। ਹੁਣ ਮਨੁੱਖ ਨੂੰ ਵੀ ਗਾਂਹ ਕੈਟਾਗਰਾਈਜ਼ ਕੀਤਾ। ਜਿਹੜੀ ਮੈਂ ਗੱਲ ਕਰਨੀ ਆ ਔਰਤ ਦੀ, ਮਨੁੱਖ ਦੇ ਵਿੱਚ ਔਰਤ ਵੀ ਆ ਗਈ, ਮਰਦ ਵੀ ਆ ਗਏ, ਬੱਚੇ ਵੀ ਆ ਗਏ, ਬੁੱਢੇ ਵੀ ਆ ਗਏ, ਮਨੁੱਖੀ ਜਾਤ ਦੇ ਵਿੱਚ ਸਾਰੇ ਆ ਗਏ। ਹੁਣ ਮਨੁੱਖ ਨੂੰ ਕੈਟਾਗਰਾਈਜ਼ ਕੀਤਾ, ਉਹ ਤੁਸੀਂ ਪੜ੍ਹਦੇ ਜੋ ਰੋਜ਼ ਆਸਾ ਦੀ ਵਾਰ, ਭੰਡੋ ਹੀ ਭੰਡ ਉਪਜੈ ਭੰਡੇ ਬਾਜ, ਨਾਨਕ ਭੰਡੇ ਬਹਰਾ ਇੱਕੋ ਸੱਚਾ। ਜਿਹਨੂੰ ਪੰਜਾਬੀ ਆਉਂਦੀ ਆ, ਉਹ ਨਾਲ 4 TV ਲਾਏ ਆ ਗੁਰਦੁਆਰੇ ਵਾਲਿਆਂ, ਬੜੀ ਮਿਹਨਤ ਕਰਕੇ ਪੜ੍ਹੋ ਨਾਲ। ਭੰਡੋ ਹੀ ਭੰਡ ਉਪਜੈ ਭੰਡੇ ਬਾਜ ਨਾ, ਨਾਨਕ ਭੰਡੇ ਬਹਰਾ। ਹਾਂ, ਜਦੋਂ ਅਕਾਲੀ ਦਰਜਾਬੰਦੀ ਹੋਈ, ਅਕਾਲੀ ਦਰਜਾਬੰਦੀ ਜਦੋਂ ਮਨੁੱਖ ਨੂੰ ਵੀ ਇੱਕ ਕੈਟਾਗਰੀ 'ਚ ਵੰਡਿਆ ਗਿਆ ਵੀ ਮਨੁੱਖ ਦੇ ਵਿੱਚ ਕਿਹੜੀ ਜੂਨ ਹੈ ਜਿਹੜੀ ਸਭ ਤੋਂ ਉੱਤਮ ਹੈ, ਉਹ ਫਿਰ ਜਿਹੜੀ ਅਕਾਲ ਪੁਰਖ ਦੇ ਨਾਲ ਇੱਕ ਮਿੱਕ ਹੈ, ਜਿਹਦਾ ਸੁਭਾਅ ਕ੍ਰੀਏਸ਼ਨ ਦਾ ਹੈ, ਉਹ ਸੀ ਔਰਤ ਦੀ। ਵੀ ਨਾਨਕ ਭੰਡੇ ਬਾਹਰ ਆ, ਜੇ ਭੰਡੇ ਤੋਂ ਬਾਹਰ ਔਰਤ ਤੋਂ ਬਾਹਰ ਕੋਈ ਗੱਲ ਆ ਤੇ ਅਕਾਲ ਪੁਰਖ ਦੀ ਆ, ਉਸ ਤੋਂ ਬਾਅਦ ਕੇਵਲ ਔਰਤ ਹੈ। ਨਾਨਕ ਭੰਡੇ ਬਾਹਰ ਆ ਇੱਕੋ ਸੱਚਾ ਸੋਏ, ਵੀ ਔਰਤ ਤੋਂ ਜਦੋਂ ਤੁਸੀਂ ਬਾਹਰ ਵੇਹਦੇ ਜੇ ਤਾਂ ਕੇਵਲ ਅਕਾਲ ਪੁਰਖ ਹੈ, ਉਸ ਤੋਂ ਬਾਅਦ ਔਰਤ ਆਉਂਦੀ ਹੈ। ਇਲਾਹੀ ਚਿਤਵਨ ਅਕਾਲੀ ਦਰਜਾਬੰਦੀ ਦੇ ਵਿੱਚ ਔਰਤ ਦਾ ਜੋ ਦਰਜਾ ਹੈ, ਮਨੁੱਖ ਜੂਨ ਦੇ ਵਿੱਚ ਜੋ ਇਸ ਦੁਨੀਆਂ ਦੇ ਰਾਜ ਕਰਦੀ ਹੈ ਸਭ ਤੋਂ ਉੱਤੇ, ਜਦੋਂ ਇਲਾਹੀ ਚਿਤਵਨ ਕਰਦੇ ਗਏ ਤੇ ਗੁਰੂ ਸਾਹਿਬ ਕੀ ਕਹਿੰਦੇ ਨੇ, ਗੁਰੂ ਸਾਹਿਬ ਕਹਿੰਦੇ ਨੇ ਅਕਾਲ ਪੁਰਖ ਤੈਨੂੰ ਕੋਈ ਅੱਲਾ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਨਿਰੰਜਣ ਕਹਿੰਦਾ, ਕੋਈ ਨਾਰਾਇਣ ਕਹਿੰਦਾ, ਕੋਈ ਨਿਰੰਕਾਰ ਕਹਿੰਦਾ, ਪਰ ਮੈਨੂੰ ਤੂੰ ਇੱਕ ਮਾਂ ਦੀ ਨਹੀਂ ਆਈ ਜਾਪਦਾ। ਸੁੱਤ ਪਰਾਧ ਕਰਤ ਹੈ ਜੇਤੇ ਜਨਨੀ ਚੇਤਨਾ ਰਾਖਸ ਤੇਤੇ, ਰਾਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡਸ ਔਗਣ ਮੇਰਾ। ਗੱਲ ਕਿੱਥੋਂ ਔਰਤ ਤੋਂ ਸ਼ੁਰੂ ਹੋਈ, ਔਰਤ ਦਾ ਇੱਕ ਰੂਪ ਹੈ ਮਾਂ।
ਗੁਰੂ ਸਾਹਿਬਾਨ ਕਹਿੰਦੇ ਨੇ ਤੂੰ ਇੱਕ ਮਾਂ ਦੀ ਨਿਆਈ ਹੈ, ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤਨ ਰਾਖਸ ਤੇਤੇ। ਹੇ ਰਮਈਆ, ਤੂੰ ਇੱਕ ਮਾਂ ਦੀ, ਇੱਕ ਔਰਤ ਦੀ ਨਿਆਈ ਹੈ ਜਿਹੜੇ ਮੇਰੇ ਦੁੱਖਾਂ ਨੂੰ ਨਹੀਂ ਫਰੋਲਦਾ, ਮੇਰੇ ਐਬਾਂ ਨੂੰ ਨਹੀਂ ਫਰੋਲਦਾ। ਮੈਂ ਤੈਨੂੰ ਉਹ ਕੰਮ ਕਰਾਂ ਜਿਹੜਾ ਤੇਰੇ ਹੁਕਮ ਦੇ ਅਗੇਂਸਟ ਆ, ਤੂੰ ਉਹਨੂੰ ਆਪਣੀ ਝੋਲੀ 'ਚ ਪਾ ਲੈਂਦਾ। ਟੁੱਟੀ ਗਾਂਢਣ ਹਾਰ ਗੋਪਾਲ, ਟੁੱਟੇ ਨੂੰ ਗੱਢ ਲੈਂਦਾ। ਤੂੰ ਮਾਂ ਦੀ ਨਿਆਈ ਆ, ਇਹ ਇਲਾਹੀ ਚਿਤਵੰਤ ਮਾਂ ਦਾ। ਮਾਂ ਕੌਣ ਆ? ਔਰਤ। ਆਪਣੇ ਜੀ ਜੰਤ ਪ੍ਰਤਪਾਰੇ ਜਿਉ ਬਾਰਕ ਮਾਤਾ ਸੰਮਾਰੇ। ਫਿਰ ਵੀ ਤੂੰ ਐਂ ਪਾਲਦਾ ਹੈ ਜਿਵੇਂ ਮਾਂ ਬੱਚਿਆਂ ਨੂੰ ਪਾਲਦੀ ਹੈ। ਜਦੋਂ ਉਹਦਾ ਇਲਾਹੀ ਚਿਤਵਨ ਕੀਤਾ ਗਿਆ ਅਕਾਲ ਪੁਰਖ ਨੂੰ, ਨਿਰੰਕਾਰ ਨੂੰ, ਅੱਲਾ ਨੂੰ, ਉਹਨੂੰ ਇੱਕ ਮਾਂ ਦੀ ਨਿਆਈ ਰੱਖਿਆ ਗਿਆ ਵੀ ਤੂੰ ਇੱਕ ਮਾਂ ਦੀ ਨਿਆਈ। ਇਲਾਹੀ ਪ੍ਰਵਾਨਗੀ। ਹੁਣ ਤੁਸੀਂ ਇਹ ਗੱਲ ਪੁੱਛੋਗੇ ਵੀ ਇਹ ਔਰਤ ਦੇ ਸੰਬੰਧ ਵਿੱਚ ਸਿੱਖ ਧਰਮ, ਮੈਨੂੰ ਸਵਾਲ ਆਇਆ ਸੀ, ਬਹੁਤ ਰੌਲਾ ਪਾਉਂਦਾ ਜੀ ਔਰਤ ਨੂੰ ਜਿਹੜਾ ਬਹੁਤ ਮਾਣ ਮਿਲਿਆ ਸਿੱਖ ਧਰਮ ਦੇ ਵਿੱਚ, ਫਿਰ ਗੁਰੂਆਂ ਦੇ ਵਿੱਚ ਔਰਤ ਕਿਉਂ ਨਹੀਂ ਹੋਈ? ਵੀ 10 ਗੁਰੂ ਸਨ, ਬੰਦੇ ਕਿਉਂ ਸਨ ਬਈ? ਸਵਾਲ ਤੇ ਮੈਂ ਲਿਆ ਨਾ, ਆ ਸਕਦਾ ਕਿਤੋਂ ਨਹੀਂ ਆ ਸਕਦਾ ਵੀ ਜੇ ਔਰਤ ਨੂੰ ਇੰਨਾ ਮਾਣ ਤੇ ਔਰਤ ਨੂੰ ਗੁਰੂ ਕਿਉਂ ਨਹੀਂ ਬਣਾਇਆ? ਪਰ ਇਹ ਸਵਾਲ ਉਹਨਾਂ ਦਾ ਵਾ ਜਿਹਨਾਂ ਨੇ ਕਦੀ ਗੁਰਬਾਣੀ ਦੇ, ਜਿਹੜੇ ਗੁਰਬਾਣੀ ਦੇ ਨੇੜੇ ਨਹੀਂ ਗਏ। ਜਦੋਂ ਤੁਸੀਂ ਗੁਰਬਾਣੀ ਦੇ ਨੇੜੇ ਜਾਂਦੇ ਜੇ ਗੁਰੂ ਨੂੰ ਪੁੱਛਦੇ ਜੇ ਵੀ ਗੁਰੂ ਤੂੰ ਕੌਣ ਆ? ਹੈ ਕਿਸੇ ਮਰਦ ਦੇ ਅੰਦਰ ਹਿੰਮਤ ਉਹ ਕਵੇ ਵੀ ਮੈਂ ਔਰਤ ਆ? ਗੁਰੂ ਕਹਿੰਦਾ ਮੈਂ ਕਾਮਨ, ਮੇਰਾ ਕੰਤ ਕਰਤਾਰ। ਗੁਰੂ ਕਹਿੰਦਾ ਮੈਂ ਔਰਤ ਆ? ਇਹਦਾ ਮਤਲਬ ਦੱਸ ਗੁਰੂ, ਇਹ ਜਿਹੜਾ ਬੰਦਾ ਆ ਨਾ, ਇਹਦੇ ਅੰਦਰ ਤਾਂ ਬੰਧਤਵ, ਉਹ ਜਿਹੜੇ ਸਾਡੇ ਅੰਦਰ ਇੱਕ ਅਭਿਮਾਨ ਬੰਦਾ ਹੁੰਦਾ ਉਹ ਭਰਿਆ ਏ, ਉਸ ਮਾਇੰਡ ਚੋਂ ਸਵਾਲ ਆਉਂਦੇ ਨੇ। ਗੁਰੂ ਨੇ ਆਪਣਾ ਬੰਧਤਵ ਛੱਡ ਦਿੱਤਾ। ਉਹ ਕਹਿੰਦਾ ਮੈਂ ਕਾਮਨ, ਮੇਰਾ ਕੰਤ ਕਰਤਾਰ, ਜਿਹਾ ਕਰਾਏ ਤੇਹਾ ਕਰੀ ਸ਼ਿੰਗਾਰ। ਤੁਸੀਂ ਕਹਿੰਦੇ ਜੀ ਇੱਕ ਔਰਤ ਨਹੀਂ ਹੋਈ, ਇੱਥੇ 10 ਦੇ 10 ਔਰਤ ਦਾ ਰੂਪ ਲੈ ਕੇ ਗੁਰੂ ਬਣੇ। ਜੇ ਧਨ ਖਸਮੇ ਚੱਲੇ ਰਜਾਈ, ਪੜੋ ਧਿਆਨ ਨਾਲ, ਜੇ ਧਨ ਖਸਮੇ ਚੱਲੇ ਰਜਾਈ, ਦਰ ਕਰ ਸ਼ੋਭਾ ਮਹਿਲ ਬੁਲਾਏ। ਧਨ ਇਸਤਰੀ ਜਿਹੜੀ ਖਸਮ ਦੀ ਰਜਾ ਚ ਚੱਲੇ ਉਹਨੂੰ ਸ਼ੋਭਾ ਮਿਲਦੀ ਉਹਦੇ ਦਰ ਤੇ। ਸਭਨਾ 16 ਸਾਹਿਬ ਪੜ੍ਹਦੇ ਜੇ ਤੁਸੀਂ, ਸਭਨਾ ਸਹੁਰੇ ਵੰਜਣਾ ਸਭ ਮਕਲਾਵਣ, ਸੰਬਤ ਸਾਹਾ ਮਿਲ ਕਰ ਪਾਲੋ। ਇਹ ਕਿਹੜੇ ਵਿਆਹ ਦੀ ਤਿਆਰੀਆਂ ਚੱਲ ਰਹੀਆਂ ਨੇ? 16 ਜਦੋਂ ਤੁਸੀਂ 16 ਪੜ੍ਹਦੇ ਜੇ ਤਾਂ ਸਹੁਰਾ ਸਹੁਰੇ ਕੌਣ ਜਾਂਦਾ? ਔਰਤ ਜਾਂਦੀ ਹੈ ਨਾ। ਪਰ ਜਦੋਂ ਗੱਲ ਆ ਗਈ ਸਭਨਾ ਦੀ, ਇਹਦਾ ਮਤਲਬ ਹੈ ਇਹ ਹੈ ਵੀ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਮਰਦ ਦੇ ਅੰਦਰ ਔਰਤ ਦੇ ਗੁਣ ਨਹੀਂ ਆਉਂਦੇ, ਉਹ ਮਰਦ ਵੀ ਪ੍ਰਵਾਨ ਨੇ। ਉਹ ਮਰਦ ਪ੍ਰਵਾਨ ਨੇ ਜਿਹਦੇ ਅੰਦਰ ਔਰਤ ਦੇ ਗੁਣ ਨਹੀਂ ਆਉਂਦੇ। ਆਹ ਪਿਛਲੇ 3.5-4 ਹਜ਼ਾਰ ਸਾਲ ਦੀ ਹਿਸਟਰੀ ਜਿਹੜੀ ਹੈ, ਇਹ ਜਿੰਨੀਆਂ ਲੜਾਈਆਂ ਹੋਈਆਂ ਔਰਤਾਂ ਨੇ ਕੀਤੀਆਂ ਨੇ, ਕਿਤੇ ਮਰਦ ਹੀ ਸਨ। ਕਿਉਂ? ਕਿਉਂਕਿ ਉਹ ਮਮਤਾ ਦਾ, ਉਹ ਪਾਲਣ ਦਾ ਗੁਣ ਜਿਹੜਾ ਸੀ ਉਹ ਮਰਦ ਦੇ ਅੰਦਰ ਨਹੀਂ ਗਿਆ। ਵਿਨਾਸ਼ਕਾਰੀ ਦਾ ਗੁਣ ਸੀ, ਵਿਨਾਸ਼ਕਾਰੀ ਦਾ ਗੁਣ ਵੀ ਜ਼ਰੂਰੀ ਹੈ, ਪਰ ਜੇ ਉਹ ਮਮਤਾ ਦੇ ਨਾਲ ਲਬਰੇਜ਼ ਹੋ ਕੇ ਆਵੇ। ਹਾਂਜੀ, ਧਾਰਮਿਕ ਇਨਕਲਾਬ ਪੂਰਵ ਕਿੱਥੋਂ ਔਰਤ ਦੀ ਹਾਲਾਤ, ਔਰਤ ਇੱਕ ਦਾਸੀ ਬਣਾ ਦਿੱਤੀ ਗਈ। ਔਰਤ ਕੌਣ ਸੀ? ਅਕਾਲੀ ਦਰਜਾ ਬੰਦੀ, ਉਹਦੀ ਇਲਾਹੀ ਚਿਤਵਨ। ਗੁਰੂ ਸਾਹਿਬ ਨੇ ਆਪਣੇ ਆਪ ਨੂੰ ਔਰਤ ਘੋਸ਼ਿਤ ਕਰ ਦਿੱਤਾ। ਇਹ ਤੋਂ ਵੱਧ ਇਨਕਲਾਬ ਰੈਵੂਲੇਸ਼ਨ ਦੀ ਗੱਲ ਮੈਨੂੰ ਨਹੀਂ ਲੱਗਦਾ ਕਿਤੇ ਮਿਲ ਸਕਦੀ। ਮੈਂ ਤੁਹਾਨੂੰ ਕੁਝ ਮੇਜਰ ਜਿਹੜੇ ਧਰਮ ਸਨ, ਰਿਲੀਜਨ ਸਨ, ਉਹਨਾਂ ਦੀ ਇੱਕ ਥੋੜ੍ਹਾ ਜਿਹਾ ਉਹਨਾਂ 'ਤੇ ਲਾਈਟ ਪਾਉਣੀ। ਮੰਨੋ ਵੇਦਾ, ਜਿਵੇਂ ਮੈਂ ਕੱਲ੍ਹ ਜਿਹੜਾ ਰਾਤੀ ਜ਼ਿਕਰ ਕੀਤਾ ਸੀ, ਵੇਦਾਂ 'ਚੋਂ ਮਨੂ ਭ੍ਰਿਗੂ ਮਨੂ ਸਿਮਰਤੀਆਂ ਨਿਕਲੀਆਂ। ਹੁਣ ਮਨੂ ਸਿਮਰਤੀਆਂ ਸਭ ਤੋਂ ਡੈਮੇਜਿੰਗ ਲਿਟਰੇਚਰ ਸੀ, ਜਿਹਨੇ ਕੈਟਾਗਰਾਈਜ਼ ਕਰ ਦਿੱਤਾ ਮਨੁੱਖ ਦੀ ਜੂਨ ਨੂੰ, ਕੇਵਲ ਔਰਤ ਨੂੰ ਨਹੀਂ
ਵਰਨਾ ਚ ਸਮਾਜ ਵੰਡ ਦਿੱਤਾ। ਉਸ ਤੋਂ ਬਾਅਦ ਇਸਲਾਮ ਦੀ ਗੱਲ ਆਉਂਦੀ ਹੈ। ਇਸਲਾਮ ਦੇ ਵਿੱਚ ਵੀ ਔਰਤ ਮਸਜਿਦ ਦੇ ਅੰਦਰ ਨਹੀਂ ਜਾ ਸਕਦੀ, ਜਿਵੇਂ ਬੀਬੀਆਂ ਭੈਣਾਂ ਇੱਥੇ ਬੱਚੀਆਂ ਬੈਠੀਆਂ ਨੇ, ਆਣ ਕੇ ਗੁਰੂ ਦਰਬਾਰ ਦੇ ਵਿੱਚ ਆਨੰਦ ਨਾਲ ਚੌਂਕੜੀ ਮਾਰ ਕੇ ਬੈਠੀਆਂ, ਆਪਣੇ ਗੁਰੂ ਦੀ ਗੋਦ ਦਾ, ਗੁਰੂ ਦਾ ਸ਼ਬਦ ਦਾ ਆਨੰਦ ਮਾਣ ਰਹੀਆਂ ਨੇ। ਪਰ ਇਹ ਓਪਰਚੁਨਿਟੀ ਇਸਲਾਮ 'ਚ ਨਹੀਂ। ਫਿਰ ਔਰਤ ਨੂੰ ਇਸਲਾਮ ਨੇ ਜੇ ਮਨੁੱਖ ਨੂੰ ਵੀ ਬਹਿਸ਼ ਦਿਵਾਉਣੀ ਹੈ, ਇਸਲਾਮ ਨੇ ਤਾਂ ਔਰਤ ਨੂੰ ਲਾਲਚ ਰੱਖ ਲਿਆ ਵੀ ਇਹ ਜਦੋਂ ਬਹਿਸ਼ 'ਚ ਜਾਏਗਾ ਉੱਥੇ ਇਹਨੂੰ ਹੂਰਾਂ ਮਿਲਣਗੀਆਂ, ਅੰਗੂਰਾਂ ਦੀ ਸ਼ਰਾਬ ਅਤੇ ਹੂਰਾਂ। ਔਰਤ ਨੂੰ ਇੱਕ ਮਨੋਰੰਜਨ ਦਾ ਸਾਧਨ ਬਣਾ ਕੇ ਪੇਸ਼ ਕਰ ਦਿੱਤਾ ਇਸਲਾਮ ਨੇ। ਹਾਲਾਂਕਿ ਇਸਲਾਮ ਵੀ ਮੋਨੋਥੈਸਟਿਕ ਅਪਰੋਚ ਰੱਖਦਾ, ਲਾ ਅੱਲਾ ਇਲਾਹ ਮੁਹੰਮਦ ਰਸੂਲ ਅੱਲਾ, ਮੋਨੋਥੈਸਟਿਕ ਅਪਰੋਚ ਹੈ ਵੀ ਅੱਲਾ ਇੱਕ ਹੈ। ਹਾਂ, ਜਿੱਥੇ ਸਾਡੇ ਨਾਲ ਡਿਫਰ ਕਰਦਾ ਉਹ ਇਹ ਆ ਵੀ ਉਹਦਾ ਰਸੂਲ, ਉਹਦਾ ਮਸੰਜਰ ਕੇਵਲ ਮੁਹੰਮਦ ਹੈ ਅਤੇ ਨਾਨਕ ਸਾਹਿਬ ਕਹਿੰਦੇ ਨਹੀਂ। ਨਾਨਕ ਸਾਹਿਬ ਦਾ ਨਜ਼ਰੀਆ ਗੁਰਪ੍ਰਸਾਦ ਦਾ ਹੈ ਵੀ ਉਹ ਇਲਾਹੀ ਗਿਆਨ ਰਾਹੀਂ ਕੋਈ ਵੀ ਉਹਨੂੰ ਪ੍ਰਾਪਤ ਹੋ ਸਕਦਾ ਹੈ। ਉਸ ਤੋਂ ਬਾਅਦ ਐਡਮ ਅਤੇ ਈਵ ਦੀ ਗੱਲ, ਜੋ ਕਿ ਔਰਤ ਨੇ ਇੱਕ ਫਲ ਖਾ ਲਿਆ, ਔਰਤ ਦੀ ਗਲਤੀ ਨਾਲ ਇਹ ਸਮਾਜ ਬਣ ਗਿਆ। ਫਿਰ ਵੀ ਤੁਸੀਂ ਆਨੰਦ ਮਾਣ ਰਹੇ ਜੇ, ਹੁਣ ਸੋਹਣੀਆਂ ਸੋਹਣੀਆਂ ਗੱਡੀਆਂ ਤੁਸੀਂ ਚਲਾ ਰਹੇ ਜੇ, ਸੋਹਣੇ ਸੋਹਣੇ ਘਰਾਂ 'ਚ ਰਹਿ ਰਹੇ ਜੇ, ਸਭ ਔਰਤ ਦੀ ਗਲਤੀ ਨਾਲ ਆਨੰਦ ਮਾਣ ਰਹੇ ਜੇ, ਧਿਆਨ ਰੱਖਿਓ। ਬੁੱਧ ਧਰਮ ਦੀ ਗੱਲ ਕਰੀਏ, ਮਹਾਪ੍ਰਜਾਪਤੀ ਗੌਤਮੀ ਜਿਹੜੀ ਸੀ, ਜਿਹੜੀ ਕਿ ਬੁੱਧ ਦੀ ਜਿਹੜੀ ਮਾਂ ਸੀ ਮਹਾਮਾਇਆ, ਉਹ ਤੇ ਐਕਸਪਾਇਰ ਹੋ ਗਈ ਜਦੋਂ ਬੁੱਧ ਜਨਮ ਲੈਂਦਾ ਹੈ 7 ਦਿਨਾਂ ਬਾਅਦ, ਅਤੇ ਬੁੱਧ ਦਾ ਪਾਲਣ ਪੋਸ਼ਣ ਕੀਤਾ ਮਹਾਪ੍ਰਜਾਪਤੀ ਗੌਤਮੀ ਨੇ। ਜੋ ਜਿਹੜੀ ਬੁੱਧ ਦੀ ਮਾਂ ਦੀ ਦੋਵੇਂ ਭੈਣਾਂ ਇੱਕੇ ਘਰ ਗਈਆਂ ਸਨ ਸੁਧੋਧਨ ਦੇ ਨਾਲ, ਰਾਜੇ ਨਾਲ। ਜਦੋਂ ਬੁੱਧ ਧਰਮ ਨੂੰ ਪ੍ਰਾਪਤ ਹੋਇਆ, ਬੁੱਧ ਅਸਲ 'ਚ ਨਾਂ ਨਹੀਂ, ਉਹਦਾ ਨਾਮ ਸਿਧਾਰਥ ਸੀ, ਪਰ ਜਦੋਂ ਉਹਨੂੰ ਬੋਧ ਹੋਇਆ, ਬੋਧ ਤੋਂ ਉਹਦਾ ਨਾਂ ਬੁੱਧ ਹੋ ਗਿਆ। ਜਿਵੇਂ ਆਪਾਂ ਸਿੰਪਲ ਸ਼ਬਦਾਂ 'ਚ ਕਹਿ ਦਿੰਦੇ ਹਾਂ ਬੰਦਾ ਬੜਾ ਬੁੱਧੂ ਹੈ, ਬੁੱਧੂ ਮਤਲਬ ਬੇਵਕੂਫ, ਅਤੇ ਜੇ ਕਹੇ ਬੰਦਾ ਬੜਾ ਬੁੱਧੀ ਹੈ ਮਤਲਬ ਬੁੱਧੀਮਾਨ ਹੈ। ਸੋ ਬੁੱਧ ਤਖੱਲਸ ਪੈ ਗਿਆ ਜਦੋਂ ਉਹ ਬੁੱਧ ਤਤ ਨੂੰ ਪ੍ਰਾਪਤ ਹੋ ਗਿਆ। ਬੜਾ ਸੋਹਣਾ ਧਰਮ ਸੀ, ਬੜਾ ਉਹਨੇ ਵਿਪਰ ਦਾ, ਮਨੂ ਦਾ, ਵੇਦਾਂ ਦਾ, ਸਿਮਰਤੀਆਂ ਦਾ ਖੰਡਨ ਕੀਤਾ। ਪਰ ਜਦੋਂ ਗੱਲ ਆਈ ਔਰਤ ਦੀ, ਜਦੋਂ ਰਾਜਾ ਸੰਬੋਧਨ ਪੂਰਾ ਹੋ ਜਾਂਦਾ ਹੈ ਤੇ ਮਹਾਪ੍ਰਜਾਪਤੀ ਗੌਤਮੀ ਬੜੇ ਸੰਘਰਸ਼ ਨਾਲ ਪਰਵਰਜਿਆ ਪ੍ਰਣਾਲੀ ਜਿਹੜੀ ਹੈ ਬੁੱਧ ਦੀ ਭਿਕਸ਼ੁਣੀ ਬਣਨ ਵਾਸਤੇ, ਮਹਾਪ੍ਰਜਾਪਤੀ ਗੌਤਮੀ ਜਿਹੜਾ ਉਹਦਾ ਆਪਣਾ ਪੁੱਤਰ ਸੀ ਨੰਦ ਦੇ ਰਾਹੀਂ, ਨੰਦ ਉਹਦੀ ਸਪੋਰਟ ਕਰਦਾ ਹੈ, ਬੁੱਧ ਨਾਲ ਗੱਲ ਕਰਦਾ ਹੈ ਵੀ ਮਾਂ ਨੂੰ ਆਪਣੀ ਨੂੰ ਸੰਘ 'ਚ ਸ਼ਾਮਿਲ ਕਰ ਲੈਣਾ ਚਾਹੀਦਾ। ਬੜੇ ਸੰਘਰਸ਼ ਨਾਲ ਮਹਾਪ੍ਰਜਾਪਤੀ ਗੌਤਮੀ ਨੂੰ ਸੰਘ 'ਚ ਸ਼ਾਮਿਲ ਕੀਤਾ। ਸਮਾਜੀ ਦਸ਼ਾ ਔਰਤ ਦੀ, ਇਹ ਆਪਾਂ ਅੱਗੇ ਜਾ ਕੇ ਦੇਖਦੇ ਵੀ ਔਰਤ ਦੀ ਸਮਾਜੀ ਦਸ਼ਾ ਕੀ ਸੀ। ਧਾਰਮਿਕ ਅਤੇ ਸਮਾਜ, ਧਰਮ ਤੋਂ ਸਮਾਜ ਪੈਦਾ ਹੁੰਦਾ ਹੈ। ਸਿੱਖ ਧਰਮ ਇਨਕਲਾਬ, ਭੈਣ ਜੀ ਹੋਣਾ ਪੜਿਆ, ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ। ਭਗਤਨ ਕੌਣ ਹੁੰਦੇ ਨੇ? ਸਮਾਧੀ ਲਾਉਣ ਵਾਲੇ, ਇੱਦਾਂ ਉਂਗਲਾਂ ਰੱਖ ਕੇ ਸਮਾਧੀ ਲਾਉਣ ਵਾਲੇ, ਜਾਂ ਆਹ ਜਿਹੜਾ ਸਟਾਈਲ ਹੈ ਉਹ ਬੁੱਧੀਆਂ ਦਾ ਵਾ, ਇੱਦਾਂ ਹੀ ਰੱਖ ਲਿਆ, ਪਤਾ ਨਹੀਂ ਕਿੱਥੋਂ ਆਜ਼ਾਦ ਕਰ ਲੈਂਦੇ ਸਟਾਈਲ। ਭਗਤਨ ਕੌਣ ਹੁੰਦੇ ਨੇ? ਭਗਤਨ ਹੁੰਦੇ ਨੇ ਜਿਹੜੇ ਰੈਵੋਲੂਸ਼ਨ ਦੀ ਗੱਲ ਕਰਦੇ ਨੇ, ਜਿਹੜੇ ਸਮਾਜ ਦੀ ਪ੍ਰਚਲਿਤ ਪ੍ਰਣਾਲੀ ਨੂੰ ਚੈਲੰਜ ਕਰਨ ਦਾ ਸਾਹਸ ਰੱਖਦੇ ਨੇ, ਕਬੀਰ ਵਰਗੇ, ਫਰੀਦ ਵਰਗੇ, ਨਾਨਕ ਸਾਹਿਬਾਨ ਵਰਗੇ। ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ। ਮਨੂ ਦੀ ਗੱਲ ਆਈ ਸੀ ਨਾ, ਗੁਰੂ ਨੇ ਵੇਖਿਆ, ਗੁਰਬਾਣੀ ਦੇ ਨਜ਼ਰੀਏ ਨੇ ਵੇਖਿਆ ਵੀ ਇਹ ਮਨੂ ਔਰਤ ਨੂੰ ਕਰਾਉਂਦਾ ਹੈ, ਪਹਿਲਾਂ ਮਨੂ ਨੂੰ ਰੱਦ ਕੀਤਾ ਜਾਵੇ ਵੀ ਇਹ ਜਗਤ ਦਾ ਗੁਰੂ ਤਾਂ ਹੋ ਸਕਦਾ ਪਰ ਮੇਰੇ ਜਿਹੜੇ ਸ਼ਬਦ ਦੇ ਫੋਲੋਅਰ ਉਹਨਾਂ ਦਾ ਗੁਰੂ ਨਹੀਂ ਹੋ ਸਕਦਾ ਮਨੂ। ਇਸਲਾਮ ਦੀ ਗੱਲ ਹੋਈ, ਸਵਾਲੀਆ ਚਿੰਨ ਲਾਤਾ ਸੁਨਤ ਕਰਤ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਏ, ਅਰਧ ਸਰੀਰੀ ਨਾਰ ਨਾ ਛੁੱਟੈ। ਤਾਂ ਤੇ ਹਿੰਦੂ ਹੀ ਰਹੀਏ ਵੀ ਔਰਤ ਤੋਂ ਬਿਨਾਂ ਭਾਈ ਪੂਰਾ ਹਿੰਦੂ ਹੀ ਜਾਣਾ, ਜਿਹੜੀ ਤੂੰ ਆਪਣੀ ਪ੍ਰਣਾਲੀ ਬਣ ਲਈ ਨਾ, ਬਣਾ ਲਈ ਨਾ ਪ੍ਰਵੇਸ਼ ਕਰਨ ਦੀ ਧਰਮ ਦੇ ਵਿੱਚ, ਜੇ ਇਹਦੇ 'ਚ ਔਰਤ ਦੀ ਸ਼ਮੂਲੀਅਤ ਨਹੀਂ ਤਾਂ ਤੂੰ ਰਹਿ ਗਿਆ ਹਿੰਦੂ ਦਾ ਹਿੰਦੂ।
ਤਾਂ ਔਰਤ ਦੇ ਹੱਕ ਵਿੱਚ ਹਾਹ ਦਾ ਨਾਰਾ ਜਿੰਨਾ ਗੁਰੂ ਗ੍ਰੰਥ ਦੀ ਬਾਣੀ ਨੇ ਮਾਰਿਆ ਤੁਹਾਨੂੰ ਦੁਨੀਆਂ 'ਚ ਐਸਾ ਲਿਟਰੇਚਰ ਨਹੀਂ ਲੱਭਦਾ। ਬੜੇ ਬੜੀਆਂ ਐਡਵਾਂਸ ਕੰਟਰੀਆਂ, ਇੰਗਲੈਂਡ ਵਰਗੇ ਦੇਸ਼, ਇੱਥੇ ਵੀ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਦੇ ਅਧਿਕਾਰਾਂ ਤੋਂ ਬਾਅਦ ਆਇਆ ਜੀ। ਪੈਰਾਂ ਪੈਰ ਤੱਕ ਅੰਗੂਠੇ ਤੱਕ ਔਰਤਾਂ ਯੂਰਪ ਦੇ ਵਿੱਚ ਢੱਕ ਕੇ ਰੱਖਦੀਆਂ ਸਨ ਆਪਣੇ ਆਪ ਨੂੰ, ਅੰਗੂਠਾ ਤੱਕ ਨਹੀਂ ਸਨ ਦਿਖਾਉਣ ਦੀ ਇਜਾਜ਼ਤ ਤੁਹਾਡੇ ਘੁੰਗਟ ਚਕਾ ਤੇ ਆਣ ਕੇ ਗੁਰੂ ਨੇ। ਉਹ ਕਹਿੰਦੇ ਜੇ ਵਾਸ਼ਨਾ ਜੇ ਕਾਮ ਆਉਂਦਾ ਬੰਦੇ ਨੂੰ ਤਾਂ ਬੰਦੇ ਦੀ ਗਲਤੀ ਹੈ ਨਾ, ਔਰਤ ਦੀ ਕਾਹਦੀ ਹੈ, ਇਹ ਕਾਹਲੀ ਆਪਣਾ ਮੂੰਹ ਲਗਾ ਕੇ ਤੁਰੇ ਫਿਰੇ। ਮਾਣ ਕਰਿਆ ਕਰੋ ਕਿਤੇ ਡਬਈ ਵੀ ਧਰਤੀ ਤੋਂ ਉੱਤਰ ਕੇ ਵੇਖਿਓ, ਆਹ ਬੂਦਾ ਵੀ ਡਬਈ ਜਾ ਕੇ ਵੇਖਿਓ, ਇਹੋ ਅੱਖਾਂ ਹੀ ਜਿਹਦੀਆਂ ਨੇ ਬਸ। ਉਹ 'ਚ ਪਤਾ ਨਹੀਂ ਲੱਗਦਾ ਮਿਸਿਸ ਸ਼ੇਖ ਆ ਕਿ ਮਿਸਟਰ ਸ਼ੇਖ ਹੈ, ਇਹਦਰ ਧੰਨ ਧੰਨ ਹੋਈ ਪਈ ਹੈ। ਪਰ ਔਰਤ ਸਾਡੀ ਔਰਤ ਸਮਝਦੀ ਨਹੀਂ ਵੀ ਗੁਰੂ ਨੇ ਇੰਨਾ ਮਾਣ ਦਿੱਤਾ, ਮੈਨੂੰ ਕੌਰ ਬਣਾ ਦਿੱਤਾ। ਕੌਰ ਕਿੱਥੋਂ ਆਇਆ? ਕੁੰਵਰੀ ਤੋਂ। ਕੁੰਵਰੀ ਮਤਲਬ ਪ੍ਰਿੰਸਸ, ਕੁੰਵਰੀ ਤੋਂ ਕੌਰ ਆਇਆ। ਸੋ ਸਾਨੂੰ ਸਮਝਣਾ ਪੈਣਾ ਹੈ ਵੀ ਏਡੀ ਜਦੋ ਜਹਿਦ ਗੁਰੂ ਨੇ ਪ੍ਰਚਲਿਤ ਪ੍ਰਣਾਲੀ ਜਿਹੜੀ ਉਹਨੂੰ ਰੱਦ ਕਰਕੇ ਔਰਤ ਦੀ ਦਸ਼ਾ ਤੁਹਾਡੇ ਸਾਹਮਣੇ ਰੱਖੀ ਵੀ ਆਹ ਹੈ ਔਰਤ, ਇੱਥੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਹਾਰੇ ਐਟਮ ਤੇ ਈਵ ਦਾ ਫਲਸਫਾ ਵੀ ਰੱਦ ਕੀਤਾ। ਉਹ ਕਹਿੰਦੇ ਨੇ ਜਿੰਨੇ ਔਰਤ ਮਰਦਾਂ ਨੇ ਨਾ, ਤੂੰ ਮਰਦ ਨੂੰ ਔਰਤ ਨੂੰ ਕਹਿਤਾ ਵੀ ਆਹ ਫਲ ਨਹੀਂ ਖਾਣਾ ਤੇ ਔਰਤ ਦੀ ਗਲਤੀ ਘੋਸ਼ਿਤ ਕਰ ਦਿੱਤੀ, ਪਰ ਇੱਥੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਹਾਰੇ ਹੋਏ ਅਨੰਨ ਮਨ ਹੱਠ ਕੀ ਦ੍ਰਿੜਤਾ ਆਪਸ ਕੋ ਜਨਾਤ। ਇਹ ਕਿਹਦੇ ਵਾਸਤੇ ਆ ਗਈ? ਯੋਗੀਆਂ ਸੰਨਿਆਸੀਆਂ ਵਾਸਤੇ ਜਿਹੜੇ ਔਰਤ ਤੋਂ ਦੂਰ ਭੱਜੇ ਫਿਰਦੇ ਨੇ। ਜੋ ਨਿੰਦ ਨਿੰਦ ਕਰ ਛੋਟਿਓ ਸੋਈ ਫਿਰ ਖਾ ਲਓ। ਰੋਟੀਆਂ ਲੈਣ ਤੁਸੀਂ ਔਰਤਾਂ ਦੇ ਘਰਾਂ 'ਚ ਤੁਰ ਪੈਂਦੇ ਜੇ, ਬਾਂਹ ਸਬਾਧੀਆਂ ਲਾ ਕੇ ਬੈਠੇ ਰਹਿੰਦੇ ਜੇ, ਇਹ ਔਰਤ ਸਾਡਾ ਧਰਮ ਭ੍ਰਿਸ਼ਟ ਕਰਦੇ, ਤਾਂ ਜਦੋਂ ਭੁੱਖ ਲੱਗਦੀ ਹੈ ਉਦੋਂ ਫਿਰ ਤਾਂ ਔਰਤ ਦੇ ਦੁਆਲੇ ਭੱਜੇ ਫਿਰਦੇ। ਸੋ ਔਰਤ ਨੂੰ ਉੱਚਾ ਚੱਕਣ ਵਾਸਤੇ ਗੁਰੂ ਸਾਹਿਬ ਨੇ ਪ੍ਰਚਲਿਤ ਧਰਮ ਜਿਹੜੇ ਸਨ, ਪ੍ਰਚਲਿਤ ਫਲਸਫੇ ਜਿਹੜੇ ਸਨ, ਉਹਨਾਂ ਨੂੰ ਚੈਲੰਜ ਕੀਤਾ। ਔਰਤ ਐਮਪਾਵਰ ਏਦਾਂ ਹੋਈ ਹੈ, ਅਸੀਂ ਔਰਤ ਨੂੰ, ਮੈਂ ਔਰਤ ਨੂੰ ਕੀ ਐਮਪਾਵਰ ਕਰਨਾ? ਗੁਰੂ ਨੇ ਐਮਪਾਵਰ ਕੀਤਾ ਹੈ, ਗੁਰੂ ਨੇ ਵੀ ਤੁਹਾਨੂੰ ਐਮਪਾਵਰ ਕੀਤਾ ਹੈ। ਤੁਹਾਡੇ ਅੰਦਰ ਜਦੋਂ ਲਾਹੀ ਚਿਤਵਨ ਚਿਤਵੇ ਆ ਨਾ, ਗੁਰੂ ਨੇ ਦੱਸ ਦਿੱਤਾ ਵੀ ਤੁਸੀਂ ਕੌਣ ਜੇ, ਤੁਸੀਂ ਰੱਬੋਂ ਬਾਅਦ ਆਉਂਦੀਆਂ ਜੇ, ਤੁਸੀਂ ਉਸ ਨਿਰੰਕਾਰ ਤੋਂ ਬਾਅਦ ਦੀ, ਕਿਉਂਕਿ ਕ੍ਰੀਏਟਰ ਤੁਸੀਂ ਜੇ, ਕ੍ਰੀਏਟਰ ਹੀ ਉਹ ਵੀ ਕਰਤਾ ਪੁਰਖ ਆ, ਤੁਸੀਂ ਵੀ ਕ੍ਰੀਏਸ਼ਨ ਦਾ ਤੁਹਾਡੇ ਕੋਲ ਗੁਣ ਆ। ਹਾਂਜੀ, ਸਮਾਜੀ ਦਸ਼ਾ ਕੂੜ, ਔਰਤ ਨੂੰ ਕੂੜ ਸਮਝਿਆ ਜਾਂਦਾ ਸੀ। ਗੁਰੂ ਕਹਿੰਦਾ ਮੈਨੂੰ ਪਸੰਦ ਨਹੀਂ, ਮੈਂ ਇਹਨੂੰ ਕੌਰ ਬਣਾਵਾਂਗਾ। ਆਹ ਜਿਹੜਾ ਤੁਸੀਂ ਸ਼ਬਦ ਵਰਤਦੀਆਂ ਜੇ ਨਾ ਬੀਬੀਆਂ ਭੈਣਾਂ ਸਾਡੀਆਂ, ਕੁੜੀ, ਕੁੜੀ ਸ਼ਬਦ ਕਿੱਥੋਂ ਆਇਆ ਭਲਾ? ਕੂੜੇ ਤੋਂ, ਇਹ ਕੂੜ ਚੋਂ ਪੈਦਾ ਹੋਈ ਹੈ, ਕੁੜੀ ਹੈ ਜੀ। ਅਤੇ ਜਿਹੜਾ ਮੁੰਡਾ ਸ਼ਬਦ ਵਰਤਦੀਆਂ ਜੇ, ਮੁੰਡਣ ਚੋਂ, ਜਿਹੜਾ ਬ੍ਰਾਹਮਣ ਪ੍ਰਣਾਲੀ ਹੈ ਨਾ ਮੁੰਡਣ ਕਰਵਾਉਣ ਦੀ, ਉਹ ਮੁੰਡਣ ਕਰਵਾ ਕੇ ਪਵਿੱਤਰ ਜਿਹੜੀ ਵਿਵਸਥਾ ਹੈ ਉਹ ਵਿਵਸਥਾ ਵਿੱਚ ਪ੍ਰਵੇਸ਼ ਕਰਕੇ ਉਹ ਮੁੰਡਾ ਹੋ ਜਾਂਦਾ ਹੈ। ਅਤੇ ਆਹ ਜੀ ਜਿਹੜੀ ਹੈ ਜੀ ਕੂੜ 'ਚੋਂ ਪੈਦਾ ਹੋਈ ਹੈ, ਕੁੜੀ ਹੈ ਜੀ, ਇਹਨੂੰ ਸੁੱਟ ਦਿਓ ਸ਼ੈਡ ਜੀ 'ਤੇ ਲੱਗੀ ਰਹੇਗੀ। ਹੁਣ ਆ ਕੁੜੀ ਸ਼ਬਦ ਖਾਸ ਕਰਕੇ ਧਿਆਨ ਰੱਖਿਆ ਕਰੋ ਵੀ ਇਹ ਤੁਹਾਡੇ ਮੂੰਹ 'ਚੋਂ ਨਾ ਨਿਕਲੇ। ਜਦੋਂ ਤੁਹਾਡੇ ਮੂੰਹ 'ਚੋਂ ਕੁੜੀ ਸ਼ਬਦ ਨਿਕਲਦਾ ਜੇ ਨਾ, ਇਹ ਫਿਰ ਆਪਣੇ ਆਪ ਹੀ ਮਾਇੰਡ ਦੇ ਵਿੱਚ ਇਹ ਗੱਲ ਰੱਖਿਓ ਵੀ ਤੁਸੀਂ ਕੂੜ ਤੋਂ ਨਿਕਲੀ, ਬ੍ਰਾਹਮਣ ਦੀ ਪ੍ਰਣਾਲੀ ਨੂੰ ਅਡਾਪਟ ਕਰ ਲਿਆ। ਪਸ਼ੂਆਂ ਸਮਾਨ, ਗੁਰੂ ਨੇ ਸਮਾਜੀ ਚਿਤਵਨ ਤੁਹਾਡਾ ਸਮਾਜ ਦੇ ਵਿੱਚ ਤੁਹਾਡਾ ਰੁਤਬਾ ਉੱਚਾ ਚੱਕ ਕੇ ਤੁਹਾਨੂੰ ਦੈਵੀ ਸ਼ਕਤੀ ਬਣਾ ਦਿੱਤਾ। ਇਹ ਔਰਤ ਦੈਵੀ ਸ਼ਕਤੀ ਹੈ। ਦੇਵਦਾਸੀ, ਬਿਪਰਦਾਸ ਦਾ ਸੀ ਨਾ ਵੀ ਦੇਵਦਾਸੀ, ਰਾਮਜਣੀਆਂ, ਪੁਜਾਰੀ, ਘਰਾਂ 'ਚੋਂ ਔਰਤਾਂ ਲੈ ਜਾਂਦਾ ਸੀ ਦੇਵਦਾਸੀਆਂ ਦੇ ਰੂਪ ਦੇ ਵਿੱਚ ਵੀ ਬਹਿਸ਼ਟ ਪ੍ਰਾਪਤ ਹੋਏਗਾ, ਸਵਰਗ ਪ੍ਰਾਪਤ ਹੋਏਗਾ ਦੇਵਦਾਸੀਆਂ ਦੇ ਰੂਪ ਦੇ ਵਿੱਚ। ਗੁਰੂ ਕਹਿੰਦਾ ਨਹੀਂ, ਸਗਲੀ ਦਾਸੀ ਠਾਕੁਰ ਸਭ ਕਹਿਤੀ ਮੇਰਾ, ਦਾਸੀ ਹੈ ਪਰ ਉਹਦੀ ਦਾਸੀ ਜਿਹਦੇ ਤੋਂ ਬਾਅਦ ਇਹ ਆਉਂਦੀ ਹੈ ਠਾਕੁਰ ਦੀ, ਇਹ ਸੁਰੰਡਰ ਕਰਦੀ ਹੈ ਪਰ ਕਿਹਨੂੰ ਕਰਦੀ ਹੈ? ਉਸ ਠਾਕੁਰ ਨੂੰ, ਕਿਸੇ ਪੰਡਿਤ ਨੂੰ ਨਹੀਂ ਜਿਹਨੇ ਇਹਨੂੰ ਦੇਵਦਾਸੀ ਦਾ ਟਾਈਟਲ ਦੇ ਦਿੱਤਾ ਤੇ ਘਰਾਂ 'ਚੋਂ ਚੁੱਕੇ ਲੈ ਗਿਆ। ਖੇਖਣਾਰੀ ਔਰਤ ਨੂੰ ਖੇਖਣਾਰੀ, ਜਿੰਨੀ ਗੰਭੀਰ ਔਰਤ ਹੈ, ਮਰਦ ਨਹੀਂ ਜੇ, ਔਰਤ ਦੀ ਗੰਭੀਰਤਾ ਜਿਹੜੀ ਹੈ, ਜੇ ਔਰਤ ਦੇ ਅਧੀਨ ਰਾਜ ਹੁੰਦਾ ਤਾਂ ਜੰਗ ਯੁੱਧ ਨਾ ਹੁੰਦੇ, ਬਹੁਤੇ ਜੰਗ ਯੁੱਧ ਅਸੀਂ ਆਪਣੀ ਹਉਮੈ ਨੂੰ ਪਾਲਣ ਵਾਸਤੇ ਕੀਤੇ ਨੇ।
ਪਰਦੇ 'ਚ ਰੱਖ ਦਿਓ। ਗੁਰੂ ਸਾਹਿਬ ਕਹਿੰਦਾ ਜਬ ਨਾਚੀ ਤਬ ਘੁੰਗਟ ਕੈਸਾ, ਕੀ ਕਰਨਾ ਤੂੰ ਮਟਕੀ ਫੋੜ ਨਰਾਰੀ, ਆ ਜਿਹੜੀ ਤੂੰ ਆਪਣੇ ਵਿਪਰ ਰੂਪੀ ਮਟਕੀ ਇਸਲਾਮ ਦਾ ਵੀ ਮੈਂ ਗੁਰਦੁਆਰੇ ਜਾਂ ਮੈਂ ਮੇਰੇ ਰਿਜ਼ਰਵ ਰਾਈਟ ਨੇ ਮੈਂ ਨਹੀਂ ਆ ਕੰਮ ਕਰ ਸਕਦੀ। ਐਡਮ ਅਤੇ ਈਵ ਦਾ ਫਲਸਫਾ ਜਿਹੜਾ ਨਾ ਇਹ ਮਟਕੀ ਤੋੜ ਦੇ ਅਤੇ ਘੁੰਗਟ ਚੱਕ ਦੇ, ਜਬ ਨਾਚੀ ਤਬ ਘੁੰਗਟ ਕੈਸਾ। ਮਨ ਦਾ ਭੇਦ ਨਾ ਦਿਓ, ਆਉਂਦੇ ਔਰਤ ਨੂੰ ਮਨ ਦਾ ਭੇਦ ਨਾ ਦਿਓ। ਇਹ ਮੈਂ ਤੁਹਾਨੂੰ ਦੱਸਣਾ ਵੀ ਇਹ ਸਾਡੇ ਵੀ ਕਿੱਥੇ ਲਿਖਿਆ ਹੈ। ਸਤੀ ਕਰ ਦਿਓ, ਸਤੀ ਅਸਲ 'ਚ ਔਰਤ ਦਾ ਜਿਹੜੀ ਇੱਕ ਗੁਣ ਸੀ ਜਿਹੜੀ ਬਾਅਦ 'ਚ ਪ੍ਰਥਾ ਬਣੀ। ਔਰਤ ਇੰਨਾ ਨਿਸ਼ਾਵਰ ਕਰ ਸਕਦੀ ਹੈ ਆਪਣੇ ਆਪ ਨੂੰ, ਸੋਚ ਕੇ ਵੇਖੋ। ਕੋਈ ਪਤੀ ਪੂਰਾ ਹੋ ਗਿਆ, ਮਰ ਗਿਆ, ਔਰਤ ਨੇ ਆਪਣੇ ਆਪ ਨੂੰ ਸਤੀ ਕਰ ਦਿੱਤਾ ਵੀ ਮੈਂ ਇਹਦੇ ਵਿਯੋਗ ਦੇ ਵਿੱਚ ਰਹਿ ਨਹੀਂ ਸਕਦੀ, ਮੈਂ ਆਪਣਾ ਆਪ ਨਿਸ਼ਾਵਰ ਕਰਦੀ ਹਾਂ। ਹੁਣ ਇਹ ਸਤੀ ਔਰਤ ਦਾ ਜਿਹੜਾ ਇਹ ਐਕਸ਼ਨ ਸੀ ਇਹ ਦੁਨੀਆ ਦੇ ਕੋਨੇ ਕੋਨੇ 'ਚ ਗਿਆ ਵੀ ਇੱਕ ਔਰਤ ਸਤੀ ਹੋ ਗਈ। ਇਹ ਸਤੀ ਜਿਹੜਾ ਉਹਦਾ ਆਪਣਾ ਨਿਸ਼ਾਵਰ ਕਰਨ ਦਾ ਪਤੀ ਦੇ ਉੱਤੇ ਇਹ ਕਾਰਾ ਸੀ, ਇਹ ਪ੍ਰਥਾ ਬਣ ਗਈ। ਇਹ ਸਾਡੇ ਅੰਦਰ ਵੀ ਆ ਗਈ। ਰਣਜੀਤ ਸਿੰਘ ਦੇ ਰਾਜ ਦੇ ਦੌਰਾਨ ਕਿੰਨੀਆਂ ਰਾਣੀਆਂ ਸਤੀ ਹੋਈਆਂ ਸਨ? ਚਾਰ ਰਾਣੀਆਂ ਸੱਤ ਗੋਲੀਆਂ। ਮਹਾਰਾਜਾ ਰਣਜੀਤ ਸਿੰਘ ਦੇ ਨਾਲ ਚਾਰ ਰਾਣੀਆਂ ਅਤੇ ਸੱਤ ਗੋਲੀਆਂ ਸਤੀ ਹੋਈਆਂ ਸਨ। ਖੜਕ ਸਿੰਘ ਦੇ ਨਾਲ ਧਿਆਨ ਚੰਦ ਜਿਹੜਾ ਡੋਗਰਾ ਜਿਹੜਾ ਹੈ ਤੇ ਧਿਆਨ ਸਿੰਘ, ਪਰ ਆਪਾਂ ਚੰਦ ਤਾਂ ਕਹਿੰਦੇ ਹਾਂ ਵੀ ਸਿੰਘ ਹੈ ਨਹੀਂ ਸੀ, ਟਰਾਂਸਫਾਰਮ ਕੀਤਾ ਉਹਨਾਂ ਆਪਣੇ ਆਪ ਨੂੰ। ਆ ਤਿੰਨ ਕੁ ਬੰਦੇ ਸਨ, ਤੁਹਾਡਾ ਰਾਜ ਹੈ ਚੁੱਕੇ ਪਰੇ ਮਾਰਿਆ ਇਹਨਾਂ ਨੇ ਝੂਠੀਆਂ ਚਿੱਠੀਆਂ, ਜਿਵੇਂ ਤੁਹਾਨੂੰ ਅੱਜ ਅਕਾਲ ਤਖ਼ਤ ਤੋਂ ਚਿੱਠੀਆਂ ਆਉਂਦੀਆਂ ਤੁਸੀਂ ਮੰਨ ਲੈਂਦੇ ਜੇ ਨਾ, ਇੱਦਾਂ ਦੀਆਂ ਚਿੱਠੀਆਂ ਉਹ ਲਿਖਦੇ ਸਨ ਵੀ ਇਹਨਾਂ ਦੀ ਅੰਗਰੇਜ਼ਾਂ ਨਾਲ ਸੰਧੀ ਹੋ ਗਈ। ਖੜਕ ਸਿੰਘ ਦਾ ਟਾਈਮ ਹੈ ਅਤੇ 11 ਉਹਦੇ ਨਾਲ ਸਤੀਆਂ ਹੋਈਆਂ ਗੋਲੀਆਂ। ਗੋਲੀ ਕੌਣ ਹੁੰਦੀ ਹੈ? ਗੋਲੀ ਸੇਵਕਾ ਨਹੀਂ ਹੁੰਦੀ, ਗੋਲੀ ਵੀ ਵਿਆਹੀ ਹੁੰਦੀ ਹੈ ਪਰ ਉਹਦੇ ਨਾਲ ਬੱਚਾ ਨਹੀਂ ਲੈਣਾ ਹੁੰਦਾ। ਇਹ ਰਾਜ ਘਰਾਣੇ ਦਾ ਸਿਧਾਂਤ ਸੀ। ਸੋ 11 ਗੋਲੀਆਂ ਖੜਕ ਸਿੰਘ ਨਾਲ ਸਤੀਆਂ ਹੋਈਆਂ। ਨਾਗਨ ਹੈ, ਪਰ ਇਹ ਨਾਗਨ ਸੀ, ਸ਼ੀਹਨ ਸੀ, ਇਹ ਸ਼ੇਰ ਨਹੀਂ ਸੀ। ਬੀਬੀ ਭਾਨੋ ਵਰਗੀ, ਬੀਬੀ ਵੀਰੋ ਵਰਗੀ, ਮਾਤਾ ਸਾਹਿਬ ਕੌਰ ਵਰਗੀ, ਇਹ ਸ਼ੀਹਣੀ ਸੀ, ਸ਼ੇਰਨੀ ਸੀ, ਜਿਹਨੂੰ ਨਾਗਣ ਬਣਾ ਕੇ ਪੇਸ਼ ਕਰ ਦਿੱਤਾ ਗਿਆ। ਇਹ ਨਰਕਾਂ ਦਾ ਦੁਆਰ ਹੈ। ਮੈਨੂੰ ਤਾਂ ਲੱਗਦਾ ਵੀ ਜਿਹੜਾ ਨਰਕ ਹੈ ਧਰਤੀ ਰੂਪੀ, ਇਹਨੂੰ ਸਵਰਗੀ ਔਰਤ ਬਣਾ ਸਕਦੀ ਹੈ, ਪਰ ਇਹਨੂੰ ਨਰਕਾਂ ਦਾ ਦੁਆਰ ਘੋਸ਼ਿਤ ਕਰ ਦਿੱਤਾ ਮੈਨੂੰ ਨੇ। ਸਮਾਜੀ ਇਨਕਲਾਬ, ਗੁਰੂ ਸਾਹਿਬ ਕਹਿੰਦਾ ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵਿਆ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ। ਮਤਲਬ ਭੰਡੋ ਹੋਵੇ ਦੋਸਤੀ, ਦੋ ਪਲੱਸ ਸੱਤੀ, ਜਿਹੜੇ ਦੋ ਦੇ ਵਿੱਚ ਸੱਤ ਆ ਉਹ ਦੋ ਸੱਤ ਹੁੰਦਾ, ਦੋਸਤ ਕਹਿੰਦੇ ਜਿਹਨੂੰ ਆਪਾਂ। ਮਤਲਬ ਇੱਧਰੋਂ ਵੀ ਸੱਤ ਹੋਵੇ ਤੇ ਅੱਗੋਂ ਵੀ ਸੱਤ ਹੋਵੇ, ਇੱਕ ਸਿੱਖ ਦੋਏ ਸਾਧ ਸੰਗਤ, ਇੱਕ ਸਿੱਖ ਦੋ ਰਲ ਜਾਣ ਤੇ ਉਹ ਸਾਧ ਸੰਗਤ ਹੋ ਜਾਂਦੀ। ਇਸੇ ਕਰਕੇ ਗੁਰੂ ਨੇ ਆਨੰਦ ਕਾਰਜ ਦਾ ਸਿਧਾਂਤ ਦਿੱਤਾ ਸੀ ਵੀ ਤੂੰ ਭਾਈ ਗ੍ਰਿਸ਼ਟੀ ਜੀਵਨ ਧਾਰਨ ਕਰ, ਤੇਰੇ ਘਰੇ ਸਾਧ ਸੰਗਤ ਆ ਜਾਣੀ ਹੈ ਕਿਉਂਕਿ ਦੋਸਤੀ ਹੋ ਜਾਣੀ ਤੇਰੀ। ਭੰਡੋ ਚੱਲੇ ਰਾਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ। ਵੀ ਇਹ ਜਿੰਨੀ ਕ੍ਰਿਏਸ਼ਨ ਆ ਕਿੱਥੋਂ ਨਿਕਲੀ ਹੈ? ਵੀ ਭੰਡ ਚੋਂ ਹੀ ਨਿਕਲੀ ਹੈ ਨਾ, ਔਰਤ ਚੋਂ ਹੀ ਨਿਕਲੀ ਹੈ ਨਾ। ਫਿਰ ਕੀ ਹੁੰਦਾ? ਭੰਡ ਮੂਆ ਭੰਡ ਪਾ ਲਈਏ। ਸਮਾਜ ਦੇ ਰਹਿਣ ਵਾਲੇ ਉਹ ਲੋਕੋ, ਤੁਸੀਂ ਕਹਿੰਦੇ ਜੀ ਨਾਗਣ ਆ, ਤੁਸੀਂ ਕਹਿੰਦੇ ਨਰਕਾਂ ਦਾ ਦੁਆਰ ਹੈ। ਇਹ ਨਰਕਾਂ ਦਾ ਦੁਆਰ ਜੇ ਮੰਨ ਲਓ ਚੜ੍ਹਾਈ ਕਰ ਜਾਏ, ਅਗਲੇ ਦਿਨ ਲਾਉਂਦਾ ਫਿਰਦਾ ਨਵੀਂ, ਫਿਰ ਬੜੀਆਂ ਬੜੀਆਂ ਗੱਲਾਂ ਕਰਦਾ ਜਾ ਕੇ ਗੁਆਂਢੀ, ਉਹ ਨਹੀਂ ਸਰਦਾ, ਨਿਆਣੇ ਰੋਟੀ ਨਹੀਂ ਖਾਂਦੇ। ਭੰਡ ਮੂਆ ਭੰਡ ਪਾ ਲਈਏ, ਭੰਡ ਮਰ ਜਾਏ ਫਿਰ ਭੰਡ ਲੱਭਣ ਚਲਾ ਜਾਂਦਾ। ਭੰਡ ਮੂਆ ਭੰਡ ਪਾ ਲਈਏ, ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਜਿੱਤ ਜੰਮੇ। ਮੇਰੀਆਂ ਬੀਬੀਆਂ ਭੈਣਾਂ ਕਿਉਂ ਸੁਸਤ ਜੀਆਂ ਹੋ ਕੇ ਬੈਠੀਆਂ ਨੇ? ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ। ਜਿਨ੍ਹਾਂ ਨੇ ਰਾਜਿਆਂ ਨੂੰ, ਰਾਮ ਵਰਗੇ ਰਾਜੇ, ਕ੍ਰਿਸ਼ਨ ਵਰਗੇ ਰਾਜੇ, ਜੁਗਹਿ ਜੁਗਹਿ ਮੈਂ ਰਾਜੇ ਕੀਏ ਗਾਵੇਂ ਕਰ ਅਵਤਾਰੀ, ਜਿਨ੍ਹਾਂ ਨੂੰ ਅਵਤਾਰ ਬਣਾ ਲਿਆ ਤੁਸੀਂ, ਜਿਨ੍ਹਾਂ ਨੇ ਐਸੇ ਰਾਜਿਆਂ ਨੂੰ ਜਨਮ ਦਿੱਤਾ, ਤੁਸੀਂ ਉਹਨੂੰ
ਨਰਕਾਂ ਦੀ ਦੀਵਾਰ ਕਹਿ ਦਿੱਤਾ। ਇਸ ਜੱਗ ਮੈਂ ਐਲਾਨ ਕੀਤਾ, ਫਿਰ ਗੁਰੂ ਨੇ ਮਸਲਾ ਇੱਦਾਂ ਨਹੀਂ ਹੱਲ ਹੋਣਾ, ਗੁਰੂ ਕਹਿੰਦਾ ਇਸ ਜੱਗ ਮੈਂ ਪੁਰਖ ਏਕ ਇਸ ਸੰਸਾਰ ਦੇ ਵਿੱਚ, ਇਸ ਯੂਨੀਵਰਸ ਦੇ ਵਿੱਚ ਇੱਕੋ ਹੀ ਪੁਰਖ ਹੈ ਭਾਈ, ਹੋਰ ਸਕਲੀ ਨਾਰ ਸਬਾਈ। ਵੇਟ ਕਰੋ ਆਉਂਦਾ ਗੁਰੂਆਂ ਦਾ, ਵੇਟ ਕਰੋ ਥੋੜਾ, ਵੀ ਤੁਹਾਡੇ ਅੰਦਰ ਜਿਹੜਾ ਬੰਦਾ ਆਪਣਾ ਜ਼ਿਆਦਾ ਛਾਇਆ ਨਾ, ਤੁਹਾਨੂੰ ਹੁਣ ਮੈਂ ਔਰਤ ਹੀ ਬਣਾ ਦੇਣਾ ਸਾਰਿਆਂ ਨੂੰ। ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ, ਇਸੇ ਕਰਕੇ ਸਭਨਾ ਸਹੁਰੇ ਵੰਜਣਾ। ਹੁਣ ਨੁਕਤਾ ਸਮਝ ਆ ਗਿਆ ਨਾ, ਸਭਨਾ ਸਹੁਰੇ ਵੰਜਣਾ ਸਭ ਮਕਲਾਵਨ ਹਾਰ। ਹੁਣ ਦੱਸੋ ਜਿਸ ਔਰਤ ਦੇ ਬਰਾਬਰ ਮਰਦ ਨੂੰ ਵੀ ਔਰਤ ਬਣਾ ਕੇ ਪੇਸ਼ ਕਰ ਦਿੱਤਾ ਜਾਵੇ, ਉਹਨੂੰ ਹੋਰ ਇੰਪਾਵਰਮੈਂਟ ਕਿੱਥੋਂ ਚਾਹੀਦੀ ਹੈ? ਵੀ ਜੇ ਉਹਨੂੰ ਅਜੇ ਤੱਕ ਗੁਰੂ ਤੋਂ ਇੰਪਾਵਰਮੈਂਟ ਹੀ ਨਹੀਂ ਮਿਲੀ, ਜੋ ਗੁਰੂ ਰਾਹੀਂ ਸਸ਼ਕਤੀ ਨਹੀਂ ਹੋਈ, ਹੋਰ ਕਿੱਥੋਂ ਇੰਪਾਵਰਮੈਂਟ ਲੱਭਦੀ ਫਿਰਦੀ ਔਰਤ? ਹਾਂਜੀ, ਔਰਤ ਤੇ ਮਰਦ ਬਰਾਬਰ ਹੈ। ਇੱਕ ਗੱਲ ਯਾਦ ਰੱਖਣੀ, ਸਮਾਨ ਨਹੀਂ, ਸਮਾਨਤਾ ਤੇ ਬਰਾਬਰਤਾ ਇਹ ਦੋ ਅਲੱਗ ਗੱਲਾਂ ਨੇ। ਔਰਤ ਕੀ ਹੈ? ਹਾਰਦਿਕ ਹੈ। ਔਰਤ ਨੇ ਇੱਥੇ ਵੇਖਣਾ ਵੀ ਉਹ ਕਮੀ ਕਿੱਥੇ ਚੋਟ ਖਾ ਰਹੀ ਹੈ, ਕਿਉਂ ਇਹ ਸਾਨੂੰ ਇੰਪਾਵਰਮੈਂਟ ਦੀ, ਵੁਮੈਨ ਇੰਪਾਵਰਮੈਂਟ ਦੀ ਗੱਲ ਕਰਨ ਦੀ ਲੋੜ ਪੈਂਦੀ ਹੈ। ਔਰਤ ਹਾਰਦਿਕ ਹੈ, ਔਰਤ ਦਾ ਗੁਣ ਹੈ ਨੈਚੁਰਲੀ, ਜਿਹੜਾ ਕ੍ਰੀਏਟਰ ਨੇ ਇਹਦੇ ਅੰਦਰ ਪਾਇਆ ਵੀ ਇਹ ਹਾਰਦਿਕ ਹੈ। ਇੱਥੋਂ ਹਿਰਦੇ ਚੋਂ ਬੋਲਦੀ ਹੈ, ਇਹ ਡੁੱਲ ਜਾਂਦੀ ਹੈ। ਜਿਹੜਾ ਬੰਦਾ ਹੈ ਨਾ, ਇਹ ਤੇ ਲੈ ਜਾਂਦਾ ਵਾ ਵਿਆਹ ਤੋਂ ਪਹਿਲਾਂ ਤਾਰਿਆਂ ਤੱਕ ਚਲੇ ਜਾਂਦਾ ਵਾ, ਲੈ ਜਾਣਾ ਤਾਰਿਆਂ ਤੇ ਤੈਨੂੰ, ਔਰਤ ਫਿਰ ਵੀ ਡੁੱਲ ਜਾਂਦੀ, ਭਾਵੇਂ ਉਹਨੂੰ ਪਤਾ ਵੀ ਤਾਰਿਆਂ ਤੱਕ ਮੈਨੂੰ ਲੈ ਕੇ ਨਹੀਂ ਜਾ ਸਕਦਾ। ਹਾਰਦਿਕ ਹੈ ਨਾ, ਉਹ ਹਿਰਦੇ ਤੋਂ ਜੁੜ ਜਾਂਦੀ ਹੈ ਤੁਹਾਡੇ ਨਾਲ। ਮਨੁੱਖ ਕੀ ਹੈ? ਬੰਦਾ ਕੌਣ ਆ? ਤਾਰਕਿਕ ਹੈ। ਇਹ ਗੁਣਾਂ ਨੂੰ ਅਸੀਂ ਐਕਸਚੇਂਜ ਕਰਨਾ, ਹਾਲਤ ਹਿਰਦਾ ਰੱਖਣਾ ਹੈ, ਪਰ ਥੋੜ੍ਹੀ ਰੇਸ਼ੋ ਨਾਲ ਦਲੀਲ ਦੀ ਵੀ ਲੈ ਕੇ ਆਉਣੀ, ਸਾਨੂੰ ਰਹਿਣਾ ਆ ਜਾਵੇ ਦੁਨੀਆ 'ਚ। ਸਹਿਣ ਸ਼ਕਤੀ ਔਰਤ ਦੀ ਬਾ ਕਮਾਲ ਹੈ। ਕਾਲਾਪਣ ਬੰਦੇ ਦਾ, ਮੈਂ ਕੱਲ੍ਹ ਵੀ ਗੱਲ ਕੀਤੀ, ਮਾੜੀ ਮੋਟੀ ਕਿਤੇ ਲੂਣ ਮਿੱਠਾ ਮਾੜਾ ਮੋਟਾ ਵੱਧ ਪੈ ਜੇ, ਚੀਕਾਂ ਮਾਰਦਾ ਨਾ ਬੰਦਾ, ਵੱਜਦੀਆਂ ਨੇ ਚੀਕਾਂ ਘਰ 'ਚ, ਯਾਰ ਕਿੱਦਾਂ ਮਿਰਚ ਵਾਧੂ ਪਾਤੀ ਜੇ। ਉਸੇ ਘਰ ਦੇ ਵਿੱਚ ਨਾਲ ਭੈਣ ਬੀਬੀ ਕੋਈ ਹੋਰ ਵੀ ਖਾਣ ਡਈ ਹੋਵੇ ਨਾ, ਤਾਂ ਹੌਲੀ ਜਿਹੀ ਕਹਿ ਦਿੰਦੀ ਮਿਰਚਾਂ 'ਚ ਵਧਿਆ, ਮਿੰਟ 'ਚ ਕਾਲਾ ਪੈ ਜਾਂਦਾ। ਉਸੇ ਕਾਲੇਪਣ ਦੇ ਵਿੱਚੋਂ ਅੱਗੇ ਫਿਰ ਗਾਂਹ ਜਿੱਥੋਂ ਤੱਕ ਤੁਸੀਂ ਜਾਂਦੇ ਜਾਂ ਡਿਵੋਰਸ ਤੱਕ ਤੁਰ ਪੈਂਦੇ ਜੇ, ਇਹ ਅਗਲੀ ਜਰਨੀ ਆ। ਇਹ ਬੰਦੇ ਦਾ ਔਗਣ ਹੈ, ਪਰ ਔਰਤ ਦਾ ਗੁਣ ਆ ਕਿ ਉਹਦੇ ਅੰਦਰ ਸਹਿਣ ਸ਼ਕਤੀ ਬੜੀ ਹੈ। ਹੁਣ ਗੱਲ ਆਉਂਦੀ ਹੈ ਕਿ ਸਰੀਰਕ ਸ਼ਕਤੀ ਦੀ, ਮਸਲ ਪਾਵਰ ਦੀ, ਉਹ ਔਰਤ ਅੰਦਰ ਘੱਟ ਆ ਬੰਦੇ ਨਾਲੋਂ, ਨੋ ਡਾਊਟ ਬੰਦੇ ਅੰਦਰ ਜ਼ਿਆਦਾ ਹੈ। ਪਰ ਇੱਕ ਗੱਲ ਯਾਦ ਰੱਖਿਓ ਵੀ ਜਿਹੜੀ ਆ ਬੰਦੇ ਵਾਲੀ ਮਸਲ ਪਾਵਰ ਆ ਨਾ, ਇਹ ਤਾਂ ਰਿਪਲੇਸ ਹੋ ਗਈ ਹੁਣ, ਇਹ ਤਾਂ ਮਸ਼ੀਨ ਨੇ ਰਿਪਲੇਸ ਕਰ ਦਿੱਤੀ। ਜਿਹੜਾ ਬੰਦਾ ਜਿਹੜਾ 30-40 ਇੱਟਾਂ ਚੁੱਕ ਕੇ ਜਾਂ ਤਾਂ ਜਾਂਦਾ ਸੀ ਬਿਲਡਿੰਗ 'ਤੇ, ਉਹਨਾਂ ਨੇ ਲਿਫਟ ਤਿਆਰ ਕਰਤੀ, ਆਪੇ ਤਾਂ ਤੁਰੀਆਂ ਜਾਂਦੀਆਂ ਨੇ। ਜਿਹੜੀ ਬੰਦੇ ਦੀ ਮਸਲ ਪਾਵਰ ਆ ਨਾ, ਉਹਦੀ ਰਿਪਲੇਸਮੈਂਟ ਹੈ, ਪਰ ਜਿਹੜੀ ਔਰਤ ਦੀ ਰਜਿਸਟੈਂਸ ਪਾਵਰ ਹੈ, ਰਜਿਸਟੈਂਸ ਪਾਵਰ ਹੈ, ਉਹਦੀ ਰਿਪਲੇਸਮੈਂਟ ਕੋਈ ਨਹੀਂ। ਉਹ ਜਦੋਂ ਬੱਚੇ ਨੂੰ ਪੈਦਾ ਕਰਦੀ ਹੈ ਨਾ ਔਰਤ, ਤੇ ਜਿਹੜੀ ਪੇਨ ਦੇ ਵਿੱਚੋਂ ਔਰਤ ਜਾਂਦੀ ਹੈ, ਉਸ ਪੇਨ ਦਾ ਦੁੱਖ ਵੀ ਨਹੀਂ ਹੁੰਦਾ, ਉਹ ਖੁਸ਼ੀ ਵੀ ਮਨਾਉਂਦੀ ਹੈ। ਜਿਸ ਪੇਨ ਦੇ ਵਿੱਚੋਂ ਔਰਤ ਲੰਘਦੀ ਹੈ, ਆ ਸਾਡੇ ਵਰਗਾ ਇੱਕ ਅੱਧੀ ਗੋਲੀ ਖਾ ਕੇ ਜਿੰਦਾ ਸ਼ਹੀਦ ਬਣ ਜਾਂਦਾ ਵਾ, ਪਰ ਇਕੱਲੀ ਇਕੱਲੀ ਜਨਨੀ ਜਿੰਦਾ ਸ਼ਹੀਦ ਹੈ। ਜਿਸ ਪੇਨ ਰਾਹੀਂ ਲੰਘ ਕੇ ਉਹਨੇ ਆ ਮਰਦ ਪੈਦਾ ਕੀਤੇ, ਜਿਹੜੇ ਉਹਨੂੰ ਦੱਸਦੇ ਨੇ ਵੀ ਇਹ ਅਪਵਿੱਤਰ ਹੈ, ਰਜਿਸਟੈਂਸ ਪਾਵਰ, ਉਹਦੀ ਰਿਪਲੇਸਮੈਂਟ ਕੋਈ ਨਹੀਂ। ਜੇ ਟੈਸਟ ਟੂ ਬੇਬੀ ਜਿਹੜੇ ਨੇ, ਉਹ ਤਾਂ ਤੁਸੀਂ ਹੁਣ ਸਾਰਿਆਂ ਨੇ ਲਿਆਉਣੇ ਨਹੀਂ। ਪੀੜ ਸ਼ਕਤੀ ਜਿਹੜੀ ਮੈਂ ਗੱਲ ਕਰਨ ਲੱਗਾ, ਪਾਲਣ ਵਾਲੀ ਹੈ ਔਰਤ, ਬੰਦਾ ਪ੍ਰਬੰਧਕ ਹੈ, ਦੋਵੇਂ ਆਪਸ 'ਚ ਗੁਣ ਆ। ਪਰ ਜਦੋਂ ਇਹ ਦੋਵੇਂ ਮਿਲੇ, ਉਦੋਂ ਗੁਰੂ ਅਰਜਨ ਪਾਤਸ਼ਾਹ ਗੁਰੂ ਹੋ ਗਏ, ਪ੍ਰਿਥੀ ਚੰਦ ਪ੍ਰਬੰਧਕ ਸੀ, ਪਰ ਪਾਲਣ ਵਾਲੀ ਵਾਲਾ ਗੁਣ, ਔਰਤ ਵਾਲਾ ਗੁਣ, ਇਹ ਐਲਾਨ ਕਰਨ ਯੋਗਾ ਨਹੀਂ ਸੀ ਵੀ ਮੈਂ ਕਾਮਨ। ਗੁਰੂ ਦਾ ਐਲਾਨ ਸੀ ਵੀ ਮੈਂ ਕਾਮਨ। ਜਦੋਂ ਔਰਤ ਵਾਲਾ ਗੁਣ ਆਇਆ, ਗੁਰੂ ਅਰਜਨ ਗੁਰੂ ਹੋ ਕੇ ਨਿਬੜ ਗਿਆ, ਤੇ ਪ੍ਰਿਥੀ ਚੰਦ ਰਹਿ ਗਿਆ ਪ੍ਰਬੰਧਕ ਦਾ ਪ੍ਰਬੰਧਕ। ਹੀਨ ਭਾਵਨਾ ਔਰਤ ਦੇ ਅੰਦਰ, ਇੱਕ ਹੀਨ ਭਾਵਨਾ ਕੰਮ ਕਰਦੀ ਹੈ ਜਿਹੜੀ ਦੂਰ ਕਰਨੀ ਹੈ ਤੁਸੀਂ। ਜਦੋਂ ਤੁਹਾਨੂੰ ਕੋਈ ਐਵੇਂ ਸਪੈਸ਼ਲ ਜੀ ਸਿਕਿਉਰਿਟੀ ਦੇਈ ਜਾਵੇ ਨਾ,
ਵੀ ਲਾਈਨ ਦੇ ਵਿੱਚ ਤੁਸੀਂ ਲੱਗੇ ਹੋ ਤੇ ਤੁਹਾਨੂੰ ਕਹੋ ਵੀ ਕੋਈ ਨਹੀਂ ਆਫਟਰ ਯੂ ਤੇ ਤੁਸੀਂ ਇਹ ਅੱਗੇ ਆ ਕੇ ਤੇ ਥੈਂਕ ਯੂ ਕਹਿੰਦੇ ਇਹਦੇ ਨਾਲ ਇਹ ਤੁਹਾਡੀ ਰਿਸਪੈਕਟ ਨਹੀਂ ਡਿਸਰਿਸਪੈਕਟ ਹੈ ਇੱਕ ਬੰਦਾ ਉਹ ਸਮਝ ਰਿਹਾ ਵੀ ਮੈਂ ਬਹੁਤ ਸਸ਼ਕਤ ਹਾਂ ਇਹ ਔਰਤ ਵਿਚਾਰੀ ਕਮਜ਼ੋਰ ਜੀ ਮਗਰ ਲੱਗੀ ਆ ਮੇਰੀ ਲਾਈਨ ਦੇ ਉਹ ਤੁਹਾਨੂੰ ਕਹਿੰਦਾ ਵੀ ਚੱਲ ਸੀਬਾ ਜੀ ਅੱਗੇ ਚਲੇ ਜਾਓ ਛਾਲਾਂ ਮਾਰਦੀਆਂ ਸੀ ਅੱਗੇ ਜਾ ਕੇ ਤੇ ਨਾਲ ਥੈਂਕ ਯੂ ਕਹਿੰਦੀਆਂ ਤੁਹਾਨੂੰ ਮੰਨਣਾ ਪਏਗਾ ਜਿਸ ਲਾਈਨ ਦੇ ਵਿੱਚ ਜਿਸ ਪਲੇਸ ਤੇ ਤੁਸੀਂ ਖੜੇ ਜੇ ਉਹ ਹੀ ਤੁਹਾਡੀ ਪਲੇਸ ਤੁਹਾਨੂੰ ਕੀ ਲੋੜ ਹੈ ਸਪੈਸ਼ਲ ਸਿਕਿਉਰਿਟੀ ਦੀ ਜੀ ਅੱਛਾ ਇਹ ਔਰਤ ਆ ਰਹੀ ਹੈ ਔਰਤ ਦੇ ਲਾਗੇ ਕੋਈ ਹੋਰ ਔਰਤ ਹੋਵੇ ਸਪੈਸ਼ਲ ਸਿਕਿਉਰਿਟੀ ਜਿੱਥੇ ਸਪੈਸ਼ਲ ਸਿਕਿਉਰਿਟੀ ਦੀ ਲੋੜ ਪਵੇ ਦਾ ਮਤਲਬ ਇਹ ਹੈ ਵੀ ਉੱਥੇ ਕਮਜ਼ੋਰੀ ਹੈ ਐਗਜ਼ਿਸਟ ਕਰਦੀ ਹੈ ਤੇ ਜਿਸ ਕਮਜ਼ੋਰੀ ਨੂੰ ਅਸੀਂ ਕੱਟਣਾ ਸਾਨੂੰ ਸਪੈਸ਼ਲ ਸਿਕਿਉਰਿਟੀ ਨੂੰ ਪਹਿਲਾਂ ਰੱਦ ਕਰਨਾ ਪਏਗਾ ਮੈਨੂੰ ਤੁਹਾਡੇ ਤੋਂ ਅੱਗੇ ਭਾਈ ਸਾਹਿਬ ਜੀ ਵੀਰ ਜੀ ਤੁਸੀਂ ਲੱਗੇ ਰਹੋ ਕੋਈ ਗੱਲ ਨਹੀਂ ਮੈਂ ਜਿੱਥੇ ਲੱਗੀ ਹਾਂ ਠੀਕ ਆ ਧੰਨਵਾਦ ਤੁਹਾਡਾ ਉੱਥੋਂ ਦਾ ਤੁਸੀਂ ਤੁਹਾਨੂੰ ਕਹੋ ਸੋਗਾ ਅੱਗੇ ਲੱਗੇ ਨਾ ਤੁਸੀਂ ਅੱਗੇ ਆ ਜਾਓ ਕਦੀ ਔਰਤ ਨੇ ਕਿਸੇ ਬੰਦੇ ਨੂੰ ਕਿਹਾ ਵੀ ਅੱਗੇ ਆ ਜਾਓ ਕਹਿ ਕੇ ਵੇਖਿਓ ਜਰਾ ਐਂ ਵੇਖੂਗਾ ਅੱਖਾਂ ਕੱਢ ਵੀ ਹੈ ਮੈਨੂੰ ਕਦੀ ਕਹਿੰਦੀ ਬੀਬੀ ਵੀ ਅੱਗੇ ਆ ਜਾ ਪਰ ਤੁਸੀਂ ਮਿੰਟ 'ਚ ਅੱਗੇ ਚਲੇ ਜਾਂਦੀ ਇਹ ਲੈਣ ਦੇ ਜੇ ਤੁਹਾਨੂੰ ਕਹਿ ਦੇ ਕਿਉਂ ਕਿਉਂਕਿ ਸਪੈਸ਼ਲ ਸਿਕਿਉਰਿਟੀ ਮਰਦ ਨੇ ਤੁਹਾਡੇ ਵਾਸਤੇ ਸਪੈਸ਼ਲ ਸਿਕਿਉਰਿਟੀ ਰੱਖੀ ਆ ਤੁਹਾਨੂੰ ਦੱਸਣ ਵਾਸਤੇ ਕਿ ਤੁਹਾਡੀ ਕਿੰਨੀ ਕਕਾਤ ਆ ਤੇ ਤੁਸੀਂ ਥੈਂਕ ਯੂ ਕਹਿੰਦੀ ਜੀ ਸਪੈਸ਼ਲ ਸਿਕਿਉਰਿਟੀ ਇਹ ਤੁਹਾਡੀ ਹੀਨ ਭਾਵਨਾ ਚੋਂ ਨਿਕਲੀ ਹੈ ਵਿਸ਼ੇਸ਼ ਅਧਿਕਾਰ ਸਵੈ ਸਥਿਤ ਮਰਦ ਸਵੈ ਸਥਿਤ ਆਉਂਦਾ ਜਿੱਥੇ ਹਾਂ ਠੀਕ ਹੈ ਔਰਤ ਵਿਸ਼ੇਸ਼ ਅਧਿਕਾਰਾਂ ਦੀ ਅਧੀਨਗੀ ਕਬੂਲ ਕਰਕੇ ਗਿਰਾਵਟ ਕਿਉਂ ਆਈ ਇਹ ਦੇਖਣਾ ਅਸੀਂ ਗਿਰਾਵਟ ਕਿਉਂ ਆਈ ਕਿਉਂਕਿ ਰੋਲ ਮਾਡਲ ਕੌਣ ਸੀ ਪੰਜਾਬ ਦੀ ਸੀਤਾ ਕੌਣ ਸੀ ਜੀ ਮਾਤਾ ਸੀਤਾ ਮਾਤਾ ਹੋ ਗਈ ਅੱਛਾ ਸੀਤਾ ਮਾਤਾ ਹੈ ਕਿਆ ਬਾਤ ਹੈ ਤੇ ਫਿਰ ਮਾਤਾ ਗੁਜਰੀ ਕੌਣ ਹੈ ਜਦੋਂ ਸੀਤਾ ਵਰਗੀ ਮਾਤਾ ਬਣੇਗੀ ਜਦੋਂ ਪੰਚਾਵਲੀ ਵਰਗੀ ਰਾਧਾ ਵਰਗੀ ਰਾਧਾ ਕੀ ਨੌਮਨ ਨਾਂ ਦੇ ਨਾਮ ਹੋਵੇ ਨੌਮਨ ਤੇਲ ਤੇ ਨਾਂ ਰਾਧਾ ਨੱਚੇ ਇਹ ਰੱਦ ਕਰਨੀਆਂ ਪੈਣਗੀਆਂ ਐਸੀਆਂ ਸਾਨੂੰ ਕਹਾਵਤਾਂ ਕਿਉਂ ਨੱਚੇ ਰਾਧਾ ਨੌਮਨ ਤੇਲ ਤੇ ਕਿਉਂ ਨਾ ਰੁਕਮਣੀ ਨੱਚੇ ਪਈ ਕ੍ਰਿਸ਼ਨ ਦੀ ਅਸਲ ਘਰ ਵਾਲੀ ਰੁਕਮਣੀ ਕਿਉਂ ਨਾ ਨੱਚੇ ਰਾਧਾ ਕਿਉਂ ਨੱਚੇ ਜਦੋਂ ਰਾਧਾ ਬਣੇਗੀ ਜਦੋਂ ਰਾਧਾ ਸਾਡਾ ਰੋਲ ਮਾਡਲ ਹੋਏਗਾ ਨਾ ਦਵਾਈ ਰੱਬ ਦੀ ਫਿਰ ਇਹੋ ਹੀ ਹਾਲ ਰਹਿਣਾ ਸਾਡਾ ਮੈਂ ਪਿੱਛੇ ਜੇ ਇੱਕ ਰੇਡੀਓ 'ਤੇ ਪ੍ਰੋਗਰਾਮ ਸੀ ਜਿਹਦੇ ਵਿੱਚ ਬੱਚੀ ਆਸਫਾ ਦੇ ਨਾਲ ਜੋ ਜਬਰ ਜਨਾਹ ਹੋਇਆ ਸੀ ਉਹਦੇ 'ਤੇ ਬੋਲਿਆ ਸੀ ਕਿੱਥੋਂ ਆਇਆ ਇਹ ਸਾਡੇ ਲਿਟਰੇਚਰ 'ਚੋਂ ਨਿਕਲਿਆ ਜਬਰ ਜਨਾਹ ਤੁਹਾਡੇ ਵਿਹੜੇ 'ਚ ਵੀ ਐਸਾ ਲਿਟਰੇਚਰ ਪਾਤਾ ਨਾ ਚਿਤਰੋ ਪਾਖਿਆ ਰੂਪ ਜਬਰ ਜਨਾਹ ਹੀ ਲਿਟਰੇਚਰ ਅਤੇ ਤੁਸੀਂ ਬਰਾਬਰਤਾ ਰੱਖਣ ਲਈ ਉਹਦੀ ਨਾਲ ਹੀ ਤੁਹਾਡੇ ਤਖਤਾਂ 'ਤੇ ਬਰਾਬਰ ਰੱਖ ਕੇ ਪੂਜਿਆ ਜਾ ਰਿਹਾ ਅਫਸਰਾਵਾਂ ਅਹਿਲਿਆ ਜਦੋਂ ਗੁਰੂ ਅਹਿਲਿਆ ਦੀ ਗੱਲ ਕਰਦਾ ਨਾ ਉੱਥੇ ਇੰਦਰ ਨੂੰ ਦੋਸ਼ੀ ਘੋਸ਼ਿਤ ਕਰਦਾ ਗੌਤਮ ਤਪਾ ਅਹਿਲਿਆ ਨਾਰੀ ਤਿਸ ਵੇਖ ਇੰਦਰ ਲੁਭਾਇਆ ਇੰਦਰ ਲੁਭਾਇਆ ਪਰ ਜਦੋਂ ਇਹੋ ਹੀ ਗੱਲ ਤੁਸੀਂ ਵਿਚਿੱਤਰ ਨਾਟਕ 'ਚ ਪੜ੍ਹਦੇ ਜੇ ਉੱਥੇ ਗੱਲ ਹੋ ਰਿਹਾ ਉੱਥੇ ਇੰਦਰ ਨੂੰ ਵੇਖ ਕੇ ਅਹਿਲਿਆ ਲੁਭਾ ਗਈ ਵਿਪਰੀਤ ਗੱਲ ਹੋ ਗਈ ਨਾ ਵਿਚਿੱਤਰ ਨਾਟਕ ਦੇ ਵਿੱਚ ਅਹਿਲਿਆ ਜਿਹੜੀ ਹੈ ਉਹ ਡੁੱਲ ਗਈ ਇੰਦਰ 'ਤੇ ਪਰ ਗੁਰੂ ਕਹਿੰਦਾ ਅਹਿਲਿਆ ਨਹੀਂ ਵੇਖ ਇੰਦਰ ਲੁਭਾਇਆ ਕਰਵਾ ਚੌਥ ਬੇੜਾ ਬਹਿ ਜੇ ਹਰਕਾ ਸਿਮਰਨ ਛਾਟ ਕੇ ਅਹੋਈ ਰਾਖੇ ਨਾਰ ਕਦ ਹੀ ਹੋਏ ਕੇ ਉਤਰੈ ਭਾਰ ਸਹਿ ਮਨ ਚਾਰ ਵੀ ਜਿਹੜਾ ਕਰਵਾ ਚੌਥ ਦੇ ਚੱਕਰਾਂ 'ਚ ਵਰਤਾਂ ਦੇ ਚੱਕਰਾਂ 'ਚ ਬੀਬੀਆਂ ਪੈ ਜਾਂਦੀਆਂ ਨੇ ਨਾ ਉਹ ਆਂਦੇ ਇੱਦਾਂ ਨੇ ਜਿਵੇਂ ਉਹ ਗਧੇ ਦੀ ਜੂਨ ਦੇ ਵਿੱਚ ਆ ਗਈਆਂ ਹੋਣ ਅਤੇ ਆਪਣੇ ਉੱਤੇ ਪਿੱਛੇ ਕਰਮ ਕਾਂਡਾਂ ਦਾ ਭਾਰ ਚੱਕੀ ਫਿਰਦੀਆਂ ਹੋਣ ਇਹ ਬੰਦੇ ਨੂੰ ਕਹਿ ਦਿਆ ਕਰੋ ਕਿਸੇ ਵੇਲੇ ਵਰਤ ਰੱਖ ਲਿਆ ਕਰੇ ਇਹ ਜੇ ਤੁਹਾਨੂੰ ਲੰਬੀ ਉਮਰ ਚਾਹੀਦੀ ਹੈ ਬੰਦੇ ਦੀ ਤਾਂ ਬੰਦੇ ਨੂੰ ਤੁਹਾਡੀ ਵੀ ਚਾਹੀਦੀ ਉਹਦੇ ਤੋਂ ਵਰਤ ਰਖਵਾ ਲਿਆ ਕਰੋ ਸਿੱਖੀ ਦੇ ਸੰਦਰਭ 'ਚ ਆਪਾਂ ਦੇਖਣਾ ਸਿੱਖੀ ਦੇ ਅੰਦਰ ਵੀ ਐਸੀ ਸੋਚ ਆ ਗਈ ਆਹ ਤੇ ਮੰਨੂ ਦੀ ਹੋ ਗਈ ਨਾ ਸਿੱਖੀ ਦੇ ਵਿੱਚ ਕੀ ਹੈ ਤ੍ਰਿਆ ਨਾ ਦੀਜੇ ਭੇਦ ਤਾਹੇ ਭੇਦ ਦੀਜੇ ਸਦਾ ਕਿੱਥੇ ਲਿਖਿਆ ਭਾਈ ਤੁਹਾਡੇ ਗ੍ਰੰਥ ਦੇ ਬਰਾਬਰ ਨਵਾਂ ਗ੍ਰੰਥ ਪ੍ਰਕਾਸ਼ ਕੀਤਾ ਉੱਥੇ ਲਿਖਿਆ ਜੇ ਵੀ ਔਰਤ ਨੂੰ ਮਨ ਦੀ ਗੱਲ ਨਾ ਦੱਸਿਓ ਸਗੋਂ ਉਹਦੇ ਮਨ ਦੀ ਗੱਲ ਲੈ ਲਓ ਇਨ ਇਸਤਰਨ ਕੇ ਚਰਤੀ ਅਪਾਰਾ ਸਾਜ ਪਛਤਾਨੋ ਇਨ ਕਰਤਾਰਾ ਆਹ ਕਾਲਪੁਰਖ ਜਿਹੜਾ ਹੁੰਦਾ ਇਹ ਵੀ ਸਾਜ ਕੇ ਇਹਨਾਂ ਨੂੰ ਪਛਤਾਇਆ ਹੋਏਗਾ ਵੀ ਇਹ ਮੈਂ ਹੋਣੀਆਂ ਕਿੱਥੋਂ ਪੈਦਾ ਕਰ ਦਿੱਤੀਆਂ ਐਸੇ ਚਰਿੱਤਰ ਨੇ ਇਹਨਾਂ ਦੇ ਇਸਤਰੀਆਂ ਦੇ ਕਿੱਥੇ ਲਿਖਿਆ ਜੇ ਵਿਚਿੱਤਰ ਨਾਟਕ ਜਿਹਨੂੰ ਤੁਸੀਂ
ਧੰਨ ਸ਼੍ਰੀ ਗੁਰੂ ਦਸ਼ਮ ਗ੍ਰੰਥ ਨਾਮ ਪਾ ਦਿੱਤਾ ਜੀ ਦਾ। ਬੀਬੀ ਕੌਲਾ ਤੋਂ ਮਾਤਾ ਕੌਲਾ, ਆ ਤੁਹਾਡਾ ਲਿਟਰੇਚਰ ਇਤਿਹਾਸ ਜਿਹਦੇ ਵਿੱਚ ਔਰਤ ਦਾ ਦਰਜਾ ਘਟਾਇਆ ਗਿਆ, ਤੁਹਾਡੇ ਇਤਿਹਾਸ ਦੇ ਵਿੱਚ ਐਸੇ ਅੰਸ਼ ਪਾ ਦਿੱਤੇ ਗਏ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਭਜਾ ਲਿਆ ਕੌਲਾ ਨੂੰ, ਕੌਲਸਰ ਸਰੋਵਰ ਉਹਦੇ ਨਾਂ 'ਤੇ, ਮਾਤਾ ਕੌਲਾ ਹੋ ਗਈ ਇਹਦੇ ਨਾਂ 'ਤੇ, ਇੱਕ ਗੁਰਕਪਾਲ ਸਿੰਘ ਨਾਮ ਦਾ ਰਾਗੀ ਹੈ। ਔਰਤ ਦਾ ਦੱਬ ਕੇ ਅਪਮਾਨ ਕਰਦਾ ਅਤੇ ਬੁਲਾਉਂਦਾ ਵੀ ਕਹਿੰਦਾ ਵੀ ਬੋਲੋ ਬੀਬੀ ਓ, ਬੋਲੋ ਬੀਬੀ ਓ, ਇੱਧਰ ਪਤੇ ਬੈਠੇ ਹੁੰਦੇ ਉਹਦਾ ਧਿਆਨ ਹੀ ਨਹੀਂ, ਬੋਲੋ ਬੀਬੀ ਓ। ਗੁਰੂ ਸਾਹਿਬ ਦੇ ਬਹੁਤਾਤ ਵਿਆਹ ਕੀਤੇ, ਇਹ ਕਿੱਥੋਂ ਆਈ ਤੁਹਾਡੇ? ਕਿਉਂਕਿ ਸਭ ਤੋਂ ਜ਼ਿਆਦਾ ਔਰਤ ਨੂੰ ਸਸ਼ਕਤ ਕਰਨ ਵਾਲਾ ਧਰਮ ਵਿਚਾਰ ਜਾਂ ਫਲਸਫਾ ਆਹ ਸੀ। ਇਹਦੇ ਬਰਾਬਰ ਨਵਾਂ ਇੱਕ ਵਿਚਾਰ ਖੜਾ ਕਰਨ ਵਾਸਤੇ ਤੁਹਾਡੇ ਇਤਿਹਾਸ 'ਚ ਰਲ ਗੱਠ, ਇਹਦੇ ਗ੍ਰੰਥ ਦੇ ਬਰਾਬਰ ਨਵਾਂ ਗ੍ਰੰਥ ਰੱਖ ਕੇ ਤੁਹਾਡੀ ਵਿਚਾਰ 'ਚ ਰਲ ਗੱਠ, ਰੋਲ ਮਾਡਲ ਬਦਲੀਏ ਅਤੇ ਨਾਲ ਹਾਲਾਤਾਂ ਨਾਲ ਰੜੀਏ, ਇੱਕੋ ਹੀ ਹੱਲ ਹੈ। ਨਾਨਕੀ ਭੈਣ ਨਾਨਕੀ ਰੋਲ ਮਾਡਲ ਹੋਵੇ। ਸਾਰੀ ਤਾਂ ਦੁਨੀਆ ਕਹੀ ਜਾਵੇ ਵੀ ਨਾਨਕ ਡੁੱਬ ਗਿਆ, ਪਰ ਨਾਨਕੀ ਕਹੇ ਵੀ ਉਹ ਨਹੀਂ ਡੁੱਬਦਾ। ਐਸਾ ਕੰਫੀਡੈਂਸ ਆਪਣੇ ਵੀਰ 'ਤੇ ਜਦੋਂ ਹੋਏਗਾ, ਉਦੋਂ ਸਾਡਾ ਰੋਲ ਮਾਡਲ ਬੇਬੇ ਨਾਨਕੀ ਵਾਲਾ ਹੋ ਜਾਏਗਾ। ਘਰਵਾਲੀ ਬੀਬੀ ਭਾਨੀ ਵਰਗੀ ਹੋਵੇ, ਬੀਬੀ ਭਾਨੀ ਵਰਗੀ ਘਰਵਾਲੀ ਹੋਵੇ, ਬੀਬੀ ਵੀਰੋ ਵਰਗੀ ਧੀ ਹੋਵੇ, ਜਿਹਨੂੰ ਪੁੱਛਿਆ ਜਾਂਦਾ ਵੀ ਦਾਜ ਉਹਦੀ ਕੁਛ ਨਹੀਂ ਚਾਹੀਦਾ, ਬਸ ਨਾਮ ਦਾਨ ਦੇ ਦਿਓ, ਨਾਮ ਦਾ ਖਜ਼ਾਨਾ ਦੇ ਦਿਓ। ਆਹ ਰੋਲ ਮਾਡਲ ਪੰਜਾਬ ਦੀ ਦਰੋਪਦੀ ਸੀਤਾ ਬੜਾ ਕੁਛ ਚੱਕੀ ਫਿਰਦੇ, ਅਸੀਂ ਕੂੜ ਕਬਾੜ ਉਹਨਾਂ ਨੂੰ ਰੱਦ ਕਰਨਾ ਪਏਗਾ। ਮਾਤਾ ਗੁਜਰੀ ਵਰਗੀ ਮਾਂ ਅਤੇ ਦਾਦੀ ਹੋਵੇ, ਬੱਚੇ ਨੂੰ ਟ੍ਰੇਨ ਕਿਵੇਂ ਕਰਨਾ ਪਤਾ ਏ। ਮਾਈ ਭਾਗੋ, ਬੀਬੀ ਹਰਸ਼ਰਨ ਕੌਰ, ਅਨੇਕਾਂ ਔਰਤਾਂ ਸਿੱਖ ਧਰਮ 'ਚ ਸੈਂਕੜੇ, ਤੁਹਾਨੂੰ ਮੈਂ ਗਿਣਾ ਸਕਦਾ। ਮੌਜੂਦਾ ਹਾਲਾਤ, ਆਹ ਮੌਜੂਦਾ ਹਾਲਾਤ ਨੇ ਔਰਤ ਦੇ ਜਿੱਥੇ ਤੁਸੀਂ ਜੰਗ ਲੜਨੀ ਹੈ। ਬੀਬੀਆਂ ਭੈਣਾਂ ਸੁਣੋ, ਇੱਥੇ ਜੰਗ ਲੜਨੀ ਹੈ ਤੁਸੀਂ, ਤੁਹਾਨੂੰ ਅਜੇ ਤੱਕ ਐਸਾ ਅਧਿਕਾਰ ਨਹੀਂ ਮਿਲਿਆ ਵੀ ਤੁਸੀਂ ਕੀਰਤਨ ਕਰ ਸਕੋ ਦਰਬਾਰ ਸਾਹਿਬ ਦੇ ਅੰਦਰ ਜਾ ਕੇ। ਬੇਸ਼ੱਕ ਤੁਸੀਂ ਬੜੇ ਆਹਲਾ ਰਾਗ ਗਾਉਂਦੀਆਂ ਹੋ, ਬੇਸ਼ੱਕ ਤੁਹਾਡੇ ਆਲਾਪ ਬਹੁਤ ਉੱਚੇ ਹੋਣ, ਪਰ ਤੁਹਾਨੂੰ ਇਹ ਅਧਿਕਾਰ ਨਹੀਂ ਦਿੱਤਾ ਗਿਆ ਜੇ ਵੀ ਤੁਸੀਂ ਦਰਬਾਰ ਦੇ ਅੰਦਰ ਬਹਿ ਕੇ ਕੀਰਤਨ ਕਰ ਸਕੋ। ਗੁਰੂ ਦੇ ਗਿਆ ਜੇ, ਪਰ ਤੁਹਾਡਾ ਅਧਿਕਾਰ ਇਹਨਾਂ ਅੱਜ ਦੇ ਪੁਜਾਰੀਆਂ ਨੇ ਖੋਲਿਆ। ਪੰਜ ਪਿਆਰਿਆਂ 'ਚ ਤੁਹਾਨੂੰ ਸ਼ਾਮਲ ਕਿਉਂ ਨਹੀਂ ਕੀਤਾ ਜਾ ਰਿਹਾ? ਈਵਨ ਰਹਿਤ ਮਰਿਆਦਾ ਦਾ ਡਾਕੂਮੈਂਟ ਵੀ ਕਹਿੰਦਾ ਬੀਬੀਆਂ ਸ਼ਾਮਲ ਹੋ ਸਕਦੀਆਂ ਨੇ, ਕਿਉਂ ਨਹੀਂ ਸ਼ਮੂਲੀਅਤ ਕੀਤੀ ਜਾ ਰਹੀ ਤੁਹਾਡੀ? ਕਿਉਂ ਬੰਦੇ ਦੇ ਅਪਮਾਨ ਨੂੰ ਚੋਟ ਲੱਗ ਰਹੀ ਹੈ? ਕੁਛ ਜਥੇਬੰਦੀਆਂ ਦੇ ਬੰਦਿਆਂ ਦੇ ਅਪਮਾਨਾਂ ਨੂੰ ਚੋਟ ਲੱਗ ਰਹੀ ਹੈ ਕਿਉਂ? ਕਿਉਂਕਿ ਤੁਸੀਂ ਆਪਣੇ ਆਪ ਨੂੰ ਹੱਕਾਂ ਦੇ ਪ੍ਰਤੀ ਅਵੇਅਰ ਨਹੀਂ ਜੇ। ਗੁਲਾਮੀ ਕਦੋਂ ਆਉਂਦੀ ਹੈ? ਜਦੋਂ ਅਸੀਂ ਅੰਧੀ ਰਹੀਏ ਤਾਂ ਗਿਆਨ ਵੀ ਹੋਣੀ, ਜਦੋਂ ਰਹੀਏ ਤੰਨੀ ਹੋਵੇ ਉਦੋਂ ਗੁਲਾਮੀ ਹੁੰਦੀ ਹੈ। ਅਪਵਿੱਤਰਤਾ, ਇਹ ਪਿੱਛੇ ਜੇ ਬਾਬਾ ਇੱਥੇ ਘੇਰਿਆ ਸੀ ਤੁਸੀਂ ਅਮੈਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਹਰੀ ਸੌਣ ਦਾ ਲਿਆ ਆਉਂਦਾ ਔਰਤ ਪਵਿੱਤਰ ਆ। ਅੱਛਾ, ਪਵਿੱਤਰ ਜੋ ਤੂੰ ਪੈਦਾ ਹੋਇਆ, ਤੂੰ ਕਿਵੇਂ ਪਵਿੱਤਰ ਹੋ ਗਿਆ ਭਾਈ? ਗੁਰੂ ਗ੍ਰੰਥ ਦਾ ਪਾਠ, ਰੋਲ ਲਾਉਣ ਦੀ ਕਿਸੇ ਇਤਿਹਾਸਕ ਜਗ੍ਹਾ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਤੁਹਾਨੂੰ ਅਜੇ ਤੱਕ ਖੁੱਲ੍ਹ ਨਹੀਂ ਮਿਲੀ। ਪਾਲਕੀ ਨੂੰ ਮੋਢਾ ਦਿੰਦੇ, ਜਦੋਂ ਪਾਲਕੀ ਆਉਂਦੀ ਨਾ ਸਵੇਰੇ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਲੈ ਕੇ ਆਉਂਦੇ ਨੇ ਦਰਬਾਰ ਦੇ ਅੰਦਰ, ਉੱਥੇ ਮੋਢਾ ਨਹੀਂ ਦੇ ਸਕਦੀ ਔਰਤ। ਨਹੀਂ, ਅਧਿਕਾਰ ਤੁਹਾਨੂੰ ਇਹ ਲੈਣੇ ਆ ਤੁਸੀਂ, ਮੈਂ ਤੇ ਕੇਵਲ ਤੁਹਾਨੂੰ ਦੱਸਣ ਆਇਆ ਲੜਨਾ ਤੁਸੀਂ ਆ। ਜੇ ਬੰਦੇ ਨੂੰ ਲੜਾਓਗੇ ਨਾ, ਫਿਰ ਬੰਦਾ ਭਗਵਾਨ ਜਾਜੇਗਾ ਵੀ ਅਸੀਂ ਹੱਕ ਲੈ ਕੇ ਦਿੱਤੇ, ਤੁਹਾਨੂੰ ਆਪ ਲੜਨਾ ਪੈਣਾ। ਜਿਹੜਾ ਬਾਬਾ ਕੋਈ ਭਾਈ ਇਹੋ ਜਿਹੀ ਗੱਲ ਕਰੇ ਨਾ, ਇੱਥੇ ਆਣ ਕੇ ਔਰਤ ਪਵਿੱਤਰ ਹੁੰਦੀ, ਉਹਨੂੰ ਲਾ ਦਿਓ ਸਟੇਜ ਤੋਂ ਥੱਲੇ, ਚੁੱਕ ਕੇ ਥੱਲੇ ਲੈ ਉਹਨੂੰ, ਦੌੜ ਜਾ ਅੱਗੇ। ਸੋ ਇਹ ਔਰਤ ਦੇ ਸੰਬੰਧ ਵਿੱਚ। ਹੁਣ ਦੋ ਤਿੰਨ ਸਲਾਈਡ ਰਹਿ ਗਏ ਨੇ ਯੂਥ ਇੰਪਾਵਰਮੈਂਟ ਦੇ ਵਿੱਚ, ਆਪਣੇ ਕੋਲ ਸਮਾਂ ਹੈਗਾ। ਯੂਥ ਇੰਪਾਵਰਮੈਂਟ, ਮੈਂ ਦੋ ਤਿੰਨ ਸਲਾਈਡ ਹੀ ਬਣਾਏ ਨੇ ਕਿਉਂਕਿ ਸਮਾਂ ਵੀ ਸੀਮਤ ਹੈ। ਹਾਂਜੀ, ਪੈਦਾਇਸ਼ ਤੋਂ ਪਹਿਲਾਂ ਜਿਹੜਾ ਮੁੱਢਲਾ ਇਨਵਾਇਰਮੈਂਟ ਸੀ, ਆਪਾਂ ਕੱਲ੍ਹ ਗੱਲ ਕੀਤੀ ਸੀ, ਕਿਉਂਕਿ ਹੁਣ ਕੁਝ ਸੱਜਣ ਨਵੇਂ ਵੀ ਆਏ ਨੇ, ਬੀਬੀਆਂ ਵੀ ਨਵੀਆਂ ਆਈਆਂ ਨੇ। ਯੂਥ ਕਦੋਂ ਇੰਪਾਵਰ ਹੋਏਗਾ?
ਜਦੋਂ ਤੁਸੀਂ ਯੂਥ ਦੇ ਸੰਬੰਧੀ ਪਦਾਇਸ਼ ਤੋਂ ਪਹਿਲਾਂ ਸੋਚਣਾ ਸ਼ੁਰੂ ਕਰ ਦਿੱਤਾ ਔਰਤ ਨੇ, ਮਾਂ ਦਾ ਦੁੱਧ ਪੈਦਾ ਹੋਣ ਤੋਂ ਬਾਅਦ ਮਾਂ ਦਾ ਦੁੱਧ ਕਿਉਂ ਨਹੀਂ ਪਿਆਇਆ ਜਾ ਰਿਹਾ ਬੱਚੇ ਨੂੰ? ਡਾਕਟਰ ਬੈਠੇ ਨੇ ਤੇ ਇਹਨਾਂ ਨੂੰ ਵੀ ਪਤਾ ਸਾਰਾ ਮੈਡੀਕਲ ਦੇ ਤੌਰ ਤੇ ਜੇ ਅਸੀਂ ਸੋਚਦੇ ਹਾਂ ਤਾਂ ਫਿਰ ਵੀ ਹੈਲਦੀ ਆ, ਇਮਿਊਨ ਸਿਸਟਮ ਬੱਚੇ ਦਾ ਹੈਲਥੀ ਹੁੰਦਾ ਹੈ, ਕਈ ਤਰ੍ਹਾਂ ਦੇ ਜਿਹੜੇ ਅਲਰਜੀਸ ਹੈ ਉਹ ਤੋਂ ਬੱਚਾ ਬਚਦਾ, ਈਵਨ ਮਾਂ ਬ੍ਰੈਸਟ ਕੈਂਸਰ ਤੋਂ ਬਚਦੀ ਹੈ। ਕਿਉਂ ਮਾਂ ਦਾ ਦੁੱਧ ਬੱਚੇ ਨੂੰ ਪਿਆਇਆ ਨਹੀਂ ਜਾ ਰਿਹਾ? ਕਿਉਂ ਸ਼ੀਸ਼ੀਆਂ ਲਾਈਆਂ ਜਾ ਰਹੀਆਂ ਨੇ? ਕਿਉਂ ਲਿਆ ਕੇ ਡੱਬਿਆਂ ਵਾਲਾ ਦੁੱਧ ਉਹਦਾ ਲੱਭ ਲੱਭ ਜਿਵੇਂ ਇੰਨੇ ਕੁ ਪ੍ਰੋਟੀਨ ਠੀਕ ਹੈ ਜੀ ਆਹ ਪਿਆ ਦਿਓ? ਮਾਂ ਦੇ ਦੁੱਧ ਨਾਲ ਬੱਚੇ ਅੰਦਰ ਹੈਲਥੀ ਨਹੀਂ ਜਾਂਦੀ, ਮਾਂ ਦੇ ਇਮੋਸ਼ਨ ਜਾਂਦੇ ਨੇ। ਮਾਂ ਦੇ ਦੁੱਧ ਨਾਲ ਬੱਚੇ ਅੰਦਰ ਸਾਈਕੋਲੋਜੀ ਕਹਿੰਦੀ ਹੈ, ਮਾਂ ਦੇ ਦੁੱਧ ਨਾਲ ਬੱਚੇ ਅੰਦਰ ਮਾਂ ਚਲੇ ਜਾਂਦੀ ਹੈ। ਬੱਚੇ ਕਿਉਂ ਦੂਰ ਹੁੰਦੇ ਨੇ ਮਾਵਾਂ ਤੋਂ ਜੀ? ਕਿਉਂਕਿ ਮਾਂ ਦੂਰ ਹੋ ਰਹੀ ਹੈ ਬੱਚੇ ਤੋਂ। ਆਦਰਸ਼ਕ ਵਾਤਾਵਰਨ ਇਹ ਮਾਂ ਤੇ ਪਿਓ ਨੂੰ, ਯੂਥ ਨੂੰ ਇੰਪਾਵਰ ਕਰਨ ਤੋਂ ਪਹਿਲਾਂ ਆਹ ਕੰਡੀਸ਼ਨ ਨੇ, ਆਹ ਕੰਡੀਸ਼ਨਿੰਗ ਕਰਨੀ ਪੈਣੀ ਹੈ ਵੀ ਆਦਰਸ਼ਕ ਵਾਤਾਵਰਨ ਸਿਰਜਣਾ ਪਏਗਾ ਘਰ ਦੇ ਵਿੱਚ, ਮਾਂ ਤੇ ਪਿਓ ਸਿਰਜਣਗੇ। ਮੈਂ ਕੱਲ ਵੀ ਇੱਕ ਦੱਸੀ ਸੀ ਤੇ ਛੋਟੀ ਜਿਹੀ ਗੱਲ ਵੀ ਬੱਚਾ ਤੇ ਬੱਚੀ ਲੜ ਰਹੇ ਸਨ, ਉਹਨੂੰ ਆਣ ਕੇ ਗੁਆਂਢੀ ਨੇ ਪੁੱਛਿਆ ਵੀ ਲੜ ਕਿਉਂ ਰਹੇ ਜੇ? ਉਹਦੇ ਅਸੀਂ ਤੋਂ ਮੰਮੀ ਡੈਡੀ ਦੀ ਐਕਟਿੰਗ ਕਰ ਰਹੇ ਹਾਂ, ਅਸੀਂ ਤਾਂ ਮੰਮੀ ਡੈਡੀ ਦੀ ਐਕਟਿੰਗ ਕਰ ਰਹੇ ਹਾਂ, ਲੜ ਥੋੜਾ ਰਹੇ ਹਾਂ। ਹੁਣ ਮਸਲਾ ਇਹ ਹੈ ਵੀ ਜਿੰਨਾ ਚਿਰ ਆਦਰਸ਼ਕ ਵਾਤਾਵਰਨ ਨਹੀਂ ਸਿਰਜਦੇ ਉਹਨਾਂ ਚਿਰ ਤੱਕ ਯੂਥ ਜਿਹੜਾ ਵਾ ਉਹਨੂੰ ਸਸ਼ਕਤ ਨਹੀਂ ਕਰ ਸਕਦੇ। ਬੱਚੇ ਦੀ ਰੁਚੀ ਨੂੰ ਪ੍ਰਫੁੱਲਤ ਕਰਨਾ ਪਏਗਾ, ਬੱਚੇ ਦੀ ਰੁਚੀ ਵੇਖਣੀ ਪੈਣੀ ਆ। ਹਰ ਬੱਚਾ ਜਿਹੜਾ ਵਿਲੱਖਣ ਜੰਮਦਾ, ਇਹ ਗੱਲ ਯਾਦ ਰੱਖਿਓ, ਹਰ ਬੱਚਾ ਇੰਜੀਨੀਅਰ ਨਹੀਂ ਜੇ ਜੰਮਦਾ, ਹਰ ਬੱਚਾ ਡਾਕਟਰ ਨਹੀਂ ਜੇ ਜੰਮਦਾ। ਅੱਜ ਡਾਕਟਰ ਡਿਪਰੈਸ਼ਨ ਦੇ ਮਰੀਜ਼ ਕਿਉਂ ਆ ਭਾਈ? ਹੋਵੇ ਡਾਕਟਰ ਤੇ ਹੋਵੇ ਡਿਪਰੈਸ਼ਨ ਦਾ ਮਰੀਜ਼, ਹੋਵੇ ਡਾਕਟਰ ਤੇ ਹੋਵੇ ਰੋਗੀ, ਆਪਾਂ ਵਿਰੋਧੀ ਗੱਲ ਆ ਨਾ, ਡਾਕਟਰ ਵੀ ਤੇ ਰੋਗੀ ਵੀ। ਕਿਉਂ? ਕਿਉਂਕਿ ਡਾਕਟਰ ਹੈ ਹੀ ਨਹੀਂ ਸੀ, ਡਾਕਟਰ ਬਣਾ ਦਿੱਤਾ ਗਿਆ, ਇੰਜੀਨੀਅਰ ਉਹ ਹੈ ਹੀ ਨਹੀਂ ਸੀ, ਇੰਜੀਨੀਅਰ ਬਣਾ ਦਿੱਤਾ ਗਿਆ। ਬੱਚੇ ਦੀ ਰੁਚੀ ਨੂੰ ਵੇਖਿਆ ਜਾਵੇ, ਕਿਹੜੀ ਰੁਚੀ ਬੱਚੇ ਦੇ ਅੰਦਰ, ਉਹਨੂੰ ਪ੍ਰਫੁੱਲਤ ਕੀਤਾ ਜਾਵੇ, ਬੱਚਾ ਟੌਪ ਤੇ ਜਾਏਗਾ। ਹਰ ਬੱਚਾ ਵਿਲੱਖਣ ਪੈਦਾ ਹੁੰਦਾ ਹੈ। ਹੁਣ ਜਵਾਨੀ ਦੀ ਤਹਿਲੀਸ ਤੇ ਮੈਨੂੰ ਇਹ ਦੱਸੋ, ਮੈਂ ਅੱਗੇ ਵੀ ਭੈਣ ਜੀ ਨਾਲ ਗੱਲ ਕਰਨ ਡਿਆ ਸੀ ਵੀ ਔਰ ਯੂਥ ਜਿਹੜਾ ਵਾ ਕਿ ਇਹਨੂੰ ਸਸ਼ਕਤ ਕਰਨ ਦੀ ਲੋੜ ਹੈ, ਇਹਨੂੰ ਤਾਂ ਸਾਂਭਣ ਦੀ ਲੋੜ ਹੈ, ਤੇ ਪਹਿਲਾਂ ਹੀ ਬੜਾ ਸਸ਼ਕਤ ਆ, ਨੈਚੁਰਲੀ ਇੰਪਾਵਰਡ ਹੈ। ਕੀ ਲੋੜ ਹੈ ਸਾਨੂੰ ਉਹਦੀ? ਉਹਦੀ ਮਿਸਾਲ ਦੇ ਤੌਰ ਤੇ ਕਿਵੇਂ ਪਤਾ ਲੱਗਦਾ ਹੈ? ਗੁੱਸਾ ਛੇਤੀ ਆ ਜਾਂਦਾ ਹੈ, ਜਿੰਨਾ ਇਸ ਵੇਲੇ ਗੁੰਡਾਗਰਦੀ ਜਾਂ ਗੈਂਗਸਟਰ ਬਣ ਰਹੇ ਨੇ, ਕੌਣ ਬਣ ਰਿਹਾ? ਯੂਥ ਹੀ ਬਣ ਰਿਹਾ ਨਾ, ਕੋਈ 50 ਸਾਲਾਂ ਵਾਲਾ ਤਾਂ ਗੈਂਗਸਟਰ ਨਹੀਂ ਨਾ ਬਣਦਾ ਜਾ ਕੇ। ਇਹ ਗੈਂਗਿਜ਼ਮ ਯੂਥ ਏਜ 'ਚ ਸ਼ੁਰੂ ਹੁੰਦੀ ਹੈ ਨਾ, ਕਿ 50-60 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ? ਅਸਧਾਰਨ ਫੈਸਲੇ ਲੈ ਸਕਦਾ ਬੱਚਾ, ਦੁਨੀਆ 'ਤੇ ਇਨਕਲਾਬ ਯੂਥ ਰਾਹੀਂ ਆਇਆ, ਯੂਥ ਇਨਕਲਾਬ ਦਾ ਸਾਧਨ ਬਣਿਆ। ਗੁੰਡਾਗਰਦੀ ਅਤੇ ਆਦਿ ਇਹ ਉਹਦੀ ਸਸ਼ਕਤੀਕਰਨ ਦਾ ਨਿਸ਼ਾਨੀ ਆ, ਤੇ ਪਹਿਲਾਂ ਹੀ ਸਸ਼ਕਤ ਆ। ਸਾਨੂੰ ਕੀ ਲੋੜ ਹੈ? ਸਾਨੂੰ ਲੋੜ ਕੇਵਲ ਦਿਸ਼ਾ ਨਿਰਦੇਸ਼ ਦੀ ਹੈ, ਡਾਇਰੈਕਸ਼ਨਲ ਅਪਰੋਚ ਦੀ ਹੈ। ਜਿਹੜਾ ਕਿ ਪਹਿਲਾਂ ਹੀ ਨੈਚੁਰਲੀ ਸਸ਼ਕਤ ਆ ਨਾ, ਉਹਨੂੰ ਡਾਇਰੈਕਸ਼ਨਲ ਅਪਰੋਚ ਦੀ ਲੋੜ ਹੈ ਕਿ ਉਹਨੂੰ ਡਾਇਰੈਕਸ਼ਨ ਦਿੱਤੀ ਜਾਵੇ ਵੀ ਉਹ ਆਪਣੀ ਸ਼ਕਤੀ ਕਿਸੇ ਰਾਈਟ ਜਗ੍ਹਾ 'ਤੇ ਚੈਨਲਾਈਜ਼ ਕਰ ਸਕੇ, ਉਹਦੀ ਸ਼ਕਤੀ ਵੇਸਟ ਨਾ ਚਲੇ ਜਾਏ, ਉਹ ਰਾਈਟ ਐਸਪੈਕਟ 'ਤੇ ਚੈਨਲਾਈਜ਼ ਹੋ ਜਾਏ। ਤੀਜੇ ਪਹਿਰ ਰਹਿਣ ਕੇ ਵਣਜਾਰਿਆ ਮਿੱਤਰਾ ਧਨ ਜੋਬਣ ਸਿਉਂ ਚਿੱਤ, ਹਰ ਕਾ ਨਾਮ ਨਾ ਚਿੱਤ ਹੀ ਵਣਜਾਰਿਆ ਮਿੱਤਰਾ ਬੱਧਾ ਛੁੱਟੈ ਜਿੱਤ। ਹੁਣ ਨੌਜਵਾਨ ਬੱਝਾ ਪਿਆ, ਕਿਹਦੇ 'ਚ ਬੱਝਾ ਪਿਆ? ਕਿਉਂਕਿ ਸਸ਼ਕਤ ਬਹੁਤ ਆ, ਡਾਇਰੈਕਸ਼ਨ ਕੋਈ ਨਹੀਂ। ਜਦੋਂ ਸਸ਼ਕਤ ਬਹੁਤ ਹੋਵੇ, ਡਾਇਰੈਕਸ਼ਨ ਨਾ ਹੋਵੇ ਤਾਂ ਕੀ ਹੋਏਗਾ? ਫਿਰ ਸਾਡੀ ਇੱਕੋ ਹੀ ਡਾਇਰੈਕਸ਼ਨ ਹੈ ਬੱਚੇ ਨੂੰ, ਇਹਨੂੰ ਤਕੜੇ ਹੋ ਕੇ ਡਿਗਰੀਆਂ ਕਰਵਾ ਦਿਓ, ਡਿਗਰੀਆਂ ਕਰਵਾ ਕੇ ਐਨ ਦੇ ਕੇ ਵੱਡੀ ਕੋਈ ਐਜੂਕੇਸ਼ਨ ਕੁਆਲੀਫਿਕੇਸ਼ਨ, ਇਹਨੂੰ ਡਾਕਟਰ ਬਣਾ ਦਿਓ, ਇਹਨੂੰ ਇੰਜੀਨੀਅਰ ਬਣਾ ਦਿਓ, ਬਣਾਓ, ਲੋੜ ਆ। ਪਰ ਜਿੱਥੇ ਡਾਕਟਰ ਇੰਜੀਨੀਅਰ ਬਣਾਉਣ ਨਾਲ ਮਨੁੱਖ ਵੀ ਬਣਾਓ, ਉਹਨੂੰ ਕੇਵਲ ਸਚਿਆਰਾ ਜਾਂ ਕਿਵੇਂ ਡਾਕਟਰ ਹੋਈਏ ਜਾਂ ਕਿਵੇਂ ਇੰਜੀਨੀਅਰ ਹੋਈਏ, ਕੇਵਲ ਸਚਿਆਰਾ ਹੋਈਏ। ਪਹਿਲੀ ਰਿਕੁਆਇਰਮੈਂਟ ਇਹ ਹੈ ਵੀ ਸੱਚ ਆਉਂਦਿਆ ਮਨੁੱਖ ਬਣਦੇ,
ਅਸੀਂ ਬੱਚੇ ਮਸ਼ੀਨ ਬਣਾਉਣ ਦੀ ਤਿਆਰੀ 'ਚ ਹੈ। ਕਬੀਰ ਜੀ ਦਾ ਐਲਾਨ ਹੈ, ਮੇਰਾ ਨਹੀਂ। ਕਬੀਰ ਜੀ ਕਹਿੰਦੇ ਨੇ, ਕਬੀਰ ਮੈਂ ਜਾਣਿਓ ਪੜ੍ਹਦੋ ਭਲੋ। ਮੈਂ ਕਹਿੰਦਾ ਅੰਡਰ ਦੀ ਇੰਪ੍ਰੈਸ਼ਨ ਸੀ ਵੀ ਸ਼ਾਇਦ ਪੜ੍ਹਾਈ ਐਜੂਕੇਸ਼ਨ, ਜਿਹਨੂੰ ਦਰਿਆਵੀ ਐਜੂਕੇਸ਼ਨ ਕਹਿੰਦੇ ਜੀ, ਵੀ ਇਹੋ ਹੀ ਵਧੀਆ ਹੈ। ਇਹਦੇ ਨਾਲ ਸਾਡੇ ਸਾਨੂੰ ਜਾਗਰੂਕਤਾ ਆ ਜਾਂਦੀ ਹੈ। ਕਬੀਰ ਜੀ ਐਲਾਨ ਕਰਦੇ ਨੇ, ਕਹਿੰਦੇ ਨੇ ਕਬੀਰ ਮੈਂ ਜਾਣਿਓ ਪੜ੍ਹਦੋ ਭਲੋ, ਪਰ ਕੀ ਪੜ੍ਹਦੇ ਸਿਓ ਭਲ ਯੋਗ। ਆਪਣੀ ਸਟੇਟਮੈਂਟ ਨੂੰ ਕਬੀਰ ਜੀ ਦੇ ਕੇ ਆਪਣੀ ਸਟੇਟਮੈਂਟ ਨੂੰ ਰੱਦ ਕਰਕੇ ਕਹਿੰਦੇ ਨੇ ਨਹੀਂ, ਪੜ੍ਹਦੇ ਸਿਓ ਭਲ ਯੋਗ, ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ ਲੋਕ। ਦੁਆਹੀ ਰੱਬ ਦੀ, ਜਿੱਦਣ ਨੌਜਵਾਨ ਦੇ ਅੰਦਰ ਇਹ ਗੱਲ ਚੱਲ ਗਈ ਨਾ ਵੀ ਪੜ੍ਹਦੋ ਭਲੋ, ਭਲੀ ਆ, ਪਰ ਪੜ੍ਹਾਈ ਤੋਂ ਵੀ ਉੱਤੇ ਇੱਕ ਚੀਜ਼ ਹੈ, ਉਹ ਹੈ ਯੋਗ। ਉਹ ਨਹੀਂ ਹੈ ਭਗਤ ਸਿੰਘ ਯੋਗੀ ਵਾਲਾ ਯੋਗ ਨਹੀਂ ਭਾਈ, ਇਹ ਨਾ ਮੇਰੀ ਮੇਰੀ ਅਕੈਡਮੀ ਜਾ ਵੜੇ ਸਾਰੇ। ਯੋਗ ਕੀ ਹੁੰਦਾ ਵਾ? ਸੋ ਯੋਗੀ ਜੋ ਯੁਗਤ ਪਛਾਣੇ, ਗੱਲੇ ਯੋਗ ਨਾ ਹੋਈ, ਆ ਅੱਗ ਦੀ ਪੂਜਾ ਕਰਕੇ ਸਮਾਧੀਆਂ ਲਾ ਕੇ ਗੱਲੇ ਯੋਗ ਨਾ ਹੋਈ, ਯੋਗ ਨਾ ਤਾੜੀ ਬੜੀ ਮਸਾਣੀ, ਯੋਗ ਨਾ ਭਸਮ ਚੜਾਈਏ, ਗੱਲੇ ਯੋਗ ਨਾ ਹੋਈ। ਗੱਲਾਂ ਨਾਲ ਯੋਗ ਨਹੀਂ ਹੁੰਦਾ ਭਾਈ। ਸੋ ਯੋਗੀ ਜੋ ਯੁਗਤ ਪਛਾਣੇ, ਗੁਰਸਿੱਖ ਯੋਗੀ ਜਾਗਦੇ ਮਾਇਆ ਅੰਦਰ ਕਰਨੇ ਉਦਾਸੀ। ਸਿੱਖ ਯੋਗੀ ਬਣ ਜਾਏ, ਨੌਜਵਾਨ ਯੋਗੀ ਬਣ ਜਾਏ, ਉਹ ਯੋਗੀ ਜਿਹੜਾ ਮਾਇਆ ਅੰਦਰ ਕਰਨੇ ਉਦਾਸੀ, ਵੀ ਡਾਕਟਰ ਹੋ ਕੇ ਵੀ ਉਦਾਸੀ 'ਚ ਹੋਵੇ, ਡਾਕਟਰ ਹੋ ਕੇ ਵੀ ਯੋਗੀ ਹੋਵੇ, ਇੰਜੀਨੀਅਰ ਹੋ ਕੇ ਵੀ ਯੋਗੀ ਹੋਵੇ, ਉਹ ਬੱਚਾ ਮਸ਼ੀਨ ਨਹੀਂ ਬਣੇਗਾ। ਮੁਸ਼ਕਲ ਕੀ ਆ ਰਹੀ ਹੈ ਵੀ ਸਾਰਾ ਹੀ ਜ਼ੋਰ ਸਾਡਾ ਬੱਚੇ ਦੇ ਇੱਕੇ ਪੱਖ 'ਤੇ ਲੱਗਾ ਹੈ। ਮੋਰਲ ਵੈਲਿਊ ਜਿਹੜੀਆਂ ਨੇ, ਕੋਰ ਵੈਲਿਊਸ ਜਿਹੜੀਆਂ ਨੇ, ਉਹਨਾਂ ਨੂੰ ਰੱਦ ਹੀ ਕਰ ਦਿੱਤਾ ਸੀ। ਧਰਮ ਕੇਵਲ ਐਤਵਾਰ ਜੋਗਾ ਰਹਿ ਗਿਆ, ਜਿਵੇਂ ਕ੍ਰਿਸਚਨ ਸੰਡੇ ਚਲੇ ਜਾਂਦੇ ਨੇ, ਅਸੀਂ ਐਤਵਾਰ ਆ ਜਾਂਦੇ। ਜਦੋਂ ਮਸ਼ੀਨ ਬਣਦਾ ਹੈ ਬੱਚਾ, ਉਹਦੀ ਅਗਲੀ ਸਟੇਜ ਕੀ ਹੈ? ਡਿਪਰੈਸ਼ਨ 'ਚ। ਜਦੋਂ ਬੱਚੇ ਅੰਦਰ ਭਾਵ ਹੀ ਨਹੀਂ, ਭਾਵ ਜੋੜਦਾ ਹੈ, ਹਿਰਦਾ ਜੋੜਦਾ ਹੈ, ਜਦੋਂ ਭਾਵ ਹੀ ਨਿਕਲ ਗਿਆ ਤਾਂ ਕੀ ਬਣ ਜਾਏਗਾ ਜੀ? ਮਸ਼ੀਨ। ਅਤੇ ਜਦੋਂ ਮਸ਼ੀਨ ਬਣ ਗਿਆ, ਅਗਲਾ ਭਾਵ ਬੱਚੇ ਦੇ ਅੰਦਰ, ਅਗਲਾ ਪਰਿਵਰਤਨ ਆਏਗਾ ਡਿਪਰੈਸ਼ਨ ਦਾ। ਡਿਪਰੈਸ਼ਨ ਜਿਹੜਾ ਵਾ ਉਹ ਫਿਰ ਕਈ ਰੂਟ ਲੈ ਲੈਂਦਾ। ਉਹ ਤੁਹਾਨੂੰ ਡਰੱਗ ਐਡਿਕਸ਼ਨ ਵਾਲੇ ਬੰਨੇ ਵੀ ਤੋਰ ਸਕਦਾ, ਕਿਉਂਕਿ ਤੁਹਾਨੂੰ ਟੈਂਪਰੇਰਲੀ ਉੱਥੇ ਸੂਥਿੰਗ ਮਿਲਦੀ ਹੈ, ਸੂਥਿੰਗ ਮਿਲਦੀ ਹੈ ਜਦੋਂ ਤੁਸੀਂ ਡਰੱਗ ਲੈਂਦੇ ਜੇ, ਕੁਝ ਸਮੇਂ ਵਾਸਤੇ ਤੁਸੀਂ ਸਭ ਦੁੱਖ ਭੁੱਲ ਜਾਂਦੇ ਜੇ। ਟੈਂਪਰੇਰੀ ਸਲਿਊਸ਼ਨ ਹੈ। ਡਿਪਰੈਸ਼ਨ 'ਚੋਂ ਬਾਹਰ ਆਉਣ ਵਾਸਤੇ ਬੱਚਾ ਡਰੱਗ ਅਡਿਕਟ ਹੋਏਗਾ। ਡਰੱਗ ਅਡਿਕਟ ਕੀ ਬਣੇਗਾ? ਚੋਰ ਡਾਕੂ ਬਣੇਗਾ, ਕਿਉਂਕਿ ਪੈਸੇ ਪੂਰੇ ਕਰਨੇ ਉਹਨੇ ਆਪਣੇ। ਉਸ ਤੋਂ ਬਾਅਦ ਅਗਲੀ ਲਾਸਟ ਸਟੇਜ ਸੂਸਾਈਡ ਦੀ ਹੈ। ਦੁਨੀਆ ਦਾ ਦੀ ਰੇਸ਼ੋ ਕੱਢ ਕੇ, ਐਵਰੇਜ ਕੱਢ ਕੇ ਵੇਖ ਲਓ, ਕਿੰਨੇ ਬੱਚੇ ਕਾਲਜਾਂ ਯੂਨੀਵਰਸਿਟੀਆਂ ਦੇ ਅੰਦਰ ਜਿਹੜੇ ਆ ਸੂਸਾਈਡ ਕਰ ਰਹੇ ਨੇ, ਪੜ੍ਹੇ ਲਿਖੇ ਨੇ। ਇਸੇ ਕਰਕੇ ਕਬੀਰ ਜੀ ਦਾ ਬਚਨ ਯਾਦ ਰੱਖੋ, ਮੈਂ ਜਾਣਿਓ ਪੜ੍ਹਵੋ ਭਲੋ, ਪੜ੍ਹਵੇ ਸਿਓ ਭਲ ਯੋਗ, ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ ਲੋ। ਸੋ ਇਹ ਮੇਰਾ ਲਾਸਟ ਸਲਾਈਡ ਹੈ। ਬੱਚੇ ਪਹਿਲਾਂ ਹੀ ਸਸ਼ਕਤ ਨੇ, ਅਸੀਂ ਵਾਤਾਵਰਣ ਆਪਣਾ ਸਹੀ ਬਣਾਈਏ, ਘਰਾਂ ਦੇ ਵਿੱਚ ਡਾਇਰੈਕਸ਼ਨਲ ਅਪਰੋਚ ਅਡੋਪਟ ਕਰੀਏ। ਜਿਵੇਂ ਖਾਸ ਕਰਕੇ ਜਿਹੜੀ ਸਿੱਖ ਕੌਂਸਲ ਅਮੈਰੀਕਾ ਹੈ, ਮੈਂ ਕੱਲ੍ਹ ਤੋਂ ਇਹਨਾਂ ਦੇ ਜਿਹੜੇ ਸੈਸ਼ਨ ਅਟੈਂਡ ਕੀਤੇ ਆ। ਮੇਰੀ ਆਦਤ ਹੈ ਮੈਂ ਐਵੇਂ ਕਿਸੇ ਦੇ ਸੰਬੰਧ 'ਚ ਨਹੀਂ ਬੋਲਦਾ ਹੁੰਦਾ, ਉਹ ਭੈਣ ਜੀ ਨੂੰ ਵੀ ਪਤਾ ਹੈ, ਪਰ ਸਹੀ ਨੂੰ ਸਹੀ ਕਹਿਣਾ ਸਿੱਖ ਦਾ ਫਰਜ਼ ਹੈ। ਬਹੁਤ ਸੋਹਣਾ ਇਹਨਾਂ ਦਾ ਪ੍ਰੋਗਰਾਮ ਹੈ। ਤੁਹਾਡੇ ਬੱਚੇ ਐਸੀਆਂ ਮੁਸ਼ਕਲਾਂ 'ਚੋਂ ਬਾਹਰ ਆ ਜਾਣ। ਮੈਂ ਕੱਲ੍ਹ ਕਿਹਾ ਸੀ ਵੀ ਇੱਕ ਆਰਮੀ, ਗੁਰੂ ਨੇ ਆਰਮੀ ਸ਼ਬਦ ਕਿਉਂ ਵਰਤਿਆ? ਆਰਮੀ ਡਿਸਿਪਲਿਨ 'ਚ ਲਿਆਉਂਦੀ ਹੈ, ਨਾਟ ਓਨਲੀ ਫਿਜ਼ੀਕਲ ਡਿਸਿਪਲਿਨ। ਜਦੋਂ ਲੈਫਟ ਰਾਈਟ ਤੁਹਾਨੂੰ ਕਰਾਉਂਦੇ ਨੇ ਆਰਮੀ ਦੇ ਵਿੱਚ, ਡਰਿੱਲ ਕਰਾਉਂਦੇ ਨੇ, ਡਰਿੱਲ ਕਹਿੰਦੇ ਨੇ ਆਰਮੀ ਦੀ ਲੈਂਗੁਏਜ। ਜਦੋਂ ਤੁਸੀਂ ਡਰਿੱਲ ਕਰਦੇ ਜੇ, ਮੈਨੂੰ ਦੱਸੋ, ਮੈਂ ਵੀ ਬ੍ਰਿਟਿਸ਼ ਆਰਮੀ 'ਚ ਰਿਹਾ, ਜਦੋਂ ਤੁਹਾਡੀ ਜੰਗ ਤਾਲਿਬਾਨ ਨਹਾਉਣੀ, ਉਹਨਾਂ ਦੇ ਸਾਹਮਣੇ ਜਾ ਕੇ ਤੁਸੀਂ ਲੈਫਟ ਰਾਈਟ ਕਰਨਾ, ਉੱਥੇ ਤਾਂ ਗੋਲੀ ਚੱਲਣੀ ਆ ਨਾ, ਫਿਰ ਇੰਨਾ ਟਾਈਮ ਵੇਸਟ ਡਰਿੱਲ ਪਰੇਡ ਦੇ ਵਿੱਚ ਕਿਉਂ? ਕਾਰਨ ਕੀ ਹੈ? ਆਰਮੀ ਤੁਹਾਡੀ ਤੋਰ ਖੋਹਦੀ ਹੈ। ਜਿਹੜੀ ਤੁਹਾਡੀ ਤੋਰ ਆ ਨਾ, ਉਹ ਆਰਮੀ ਨੇ ਖੋਹ ਲੈਣੀ ਹੈ, ਉਹਨੇ ਤੁਹਾਨੂੰ ਆਪਣੀ ਤੋਰ ਦੇ ਦੇਣੀ ਹੈ। ਉਹ ਤੁਹਾਡੀ ਚਾਲ ਖੋਹਦੀ ਹੈ, ਉਹ ਤੁਹਾਡਾ ਬਿਹੇਵੀਅਰ ਖੋਹਦਾ। ਗੁਰੂ ਖਾਲਸਾ ਆਰਮੀ ਇਸੇ ਕਰਕੇ ਸੀ ਵੀ ਗੁਰੂ ਨੇ ਤੁਹਾਨੂੰ ਨਿਕਲ ਜਾਣਾ,
ਤੇ ਨਵੀਂ ਪਰਸਨੈਲਿਟੀ ਪੈਦਾ ਕਰਦੇ ਨੇ। ਜਿੱਥੇ ਵੀ ਐਸੇ ਸਕਿੱਲਸ ਮਿਲਦੇ ਨੇ, ਜਿਵੇਂ ਸਕੌਟ ਦੀ ਗੱਲ ਇਹ ਕਰਦੇ ਨੇ ਅਮੈਰੀਕਨ ਕੌਂਸਲ ਵਾਲੇ ਵੀ ਜਿਹੜੇ ਨੇ, ਉਹ ਸਕਿੱਲਸ ਜਿਹੜੇ ਨੇ ਉਹਨਾਂ ਨੂੰ ਆਪਣੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਪਾਰਟੀਸਪੇਟ ਕਰਾਓ, ਤਾਂ ਕਿ ਤੁਹਾਡੇ ਬੱਚੇ ਜਿਹੜੇ ਨੇ ਸਸ਼ਕਤ ਹੋ ਸਕਣ, ਉਹਨਾਂ ਨੂੰ ਅਪਰੋਚ ਡਾਇਰੈਕਸ਼ਨਲ ਅਪਰੋਚ ਉਹ ਡਾਇਰੈਕਸ਼ਨ ਮਿਲ ਸਕੇ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਉਹ ਮਸ਼ੀਨ ਦੇ ਰੂਪ ਦੇ ਵਿੱਚ ਤਿਆਰ ਨਾ ਹੋਣ। ਲਾਸਟ ਤੇ ਪੰਥ ਦਿਸਾਵਾਂ ਨਿਤ ਖੜੀ ਮੁੱਧ ਜੋਬਨ ਬਾਲੀ ਰਾਮ ਰਾਜੇ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ। ਪੰਥ ਦਿਸਾਵਾਂ ਨਿਤ ਖੜੀ, ਇਸ ਪੁਜੀਸ਼ਨ 'ਚ ਆਵੋ ਵੀ ਮੈਂ ਉਸ ਪੰਥ, ਪੰਥ ਦਾ ਮਤਲਬ ਉਹ ਨਹੀਂ ਜਿਹੜਾ ਤੁਹਾਡਾ ਧਿਆਨ ਚਲੇ ਜਾਂਦਾ ਪੰਥ ਬੈਠਾ ਪੰਥ ਦਾ ਫੈਸਲਾ, ਪੰਥ ਦਾ ਮਤਲਬ ਹੁੰਦਾ ਮਾਰਗ ਰਸਤਾ। ਪੰਥ ਦਿਸਾਵਾਂ ਨਿਤ ਖੜੀ, ਮੈਂ ਰੋਜ਼ ਉਸ ਪੰਥ ਦੇ ਲੱਭਣ ਵਾਸਤੇ ਰਸਤੇ ਨੂੰ ਲੱਭਣ ਵਾਸਤੇ ਅਰਜੋਈਆਂ ਕਰਦੀ ਹਾਂ ਜੀਵ ਇਸਤਰੀ ਦੇ ਰੂਪ ਦੇ ਵਿੱਚ। ਮੁੰਦ ਜੋਬਨ ਬਾਲੀ ਰਾਮ ਰਾਜ ਜੋਬਨ ਦੇ ਵਿੱਚ, ਕਿਉਂਕਿ ਸਸ਼ਕਤ ਏਜ ਹੈ, ਜੋਬਨ 'ਤੇ ਹਾਂ ਮੈਂ, ਪਰ ਜੇ ਮੇਰੇ ਤੋਂ ਡਾਇਰੈਕਸ਼ਨਲ ਅਪਰੋਚ ਨਹੀਂ ਤਾਂ ਮੈਂ ਮਸ਼ੀਨ ਬਣ ਜਾਵਾਂਗੀ, ਤਬਾਹ ਹੋ ਜਾਵਾਂਗੀ। ਇਹ ਜੀਵ ਇਸਤਰੀ ਦੀ ਇੱਕ ਹੂਕ ਹੈ ਆਪਣੇ ਪਤੀ ਪਰਮੇਸ਼ਰ ਗਾੜੀ, ਜੀਵ ਇਸਤਰੀ ਮਤਲਬ ਆਪਾਂ ਸਾਰੇ। ਸੋ ਮੈਂ ਹੋਰ ਬਹੁਤਾ ਸਮਾਂ ਨਾ ਲੈਂਦਾ ਹੋਇਆ ਇੱਥੇ ਖਿਮਾ ਦਾ ਜੱਜ ਪਵਾਂਗਾ। ਆਪ ਨੇ ਬੜੇ ਧਿਆਨ ਨਾਲ ਸਾਰਾ ਪ੍ਰੋਗਰਾਮ ਜੋ ਵੁਮੈਨ ਇੰਪਾਵਰਮੈਂਟ ਦੇ ਸੰਬੰਧ 'ਚ ਸੁਣਿਆ, ਮੈਂ ਆਪ ਦਾ ਧੰਨਵਾਦ ਕਰਦਾ ਅਤੇ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਨ੍ਹਾਂ ਨੇ ਮੈਨੂੰ ਬੋਲਣ ਦੀ ਸ਼ਕਤੀ ਬਖਸ਼ੀ, ਅਤੇ ਸ਼ੁਭ ਵਿਚਾਰ ਗੁਰੂ ਗ੍ਰੰਥ ਸਾਹਿਬ ਦੇ। ਇੱਥੇ ਖਿਮਾ ਦੀ ਜਾਚਨਾ ਲੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।